सतनाम श्री वाहिगुरु साहिब जियो। मूक उचरै शास्त्र खट, पिंग गिरन चढ़ जाए। अंध लखै बदरो सुनै, जौ काल कृपा कराए। हम संतन की रेन प्यारे, हम संतन की शरणा, संत हमारी ओट सताणी, संत हमारा गहना, सामत देहो दयाल प्रभ, जित तुम्हें अरादा, नानक मंगै दान प्रभ, रेन पग साधा, अंतर जामी पुरख विधाते, सरदा मन की पूरे, नानक दास है सुख मांगै, मुक कर संतन की धूरे, परम सन्मानियो गुरु रूप खालसा साध संगत जीओ, सिनेमर फतेह प्रवान करो जी, वाहिगुरु जी का खालसा वाहिगुरु जी की फतेह। सतगुरु जी ने गुरबाणी दे विच पवित्र बचन कीते ने कि जिहड़ा संतां दा रस्ता है इहनूं कोई विरला ही संसार दे विच प्राप्त कर सकदा है। जे बंदियां दी गिणती करिए ते कोई पूरी जनसंख्या जिहड़ी उह 700 करोड़ तो उत्ते जा चुकी है, 700 करोड़ तो। ते गुरबाणी दे मुताबक 1.5% ही सज्जण ने जिहड़े वाकया ही परमेशर नूं मिलना चाहुंदे ने बंदियां दे विच। ते धार्मिक ग्रंथां दे मुताबक हुण जे 700 करोड़ मनुखां दी गिणती है, पुरशां दी गिणती है, ते उहदे विच्चों अद्धियां बीबियां ला लो तकरीबन, उहदे विच्चों 2.5% ही मावां मन्नियां ने जिहड़ियां अपने बच्चियां नूं वाहिगुरू वाले बन्ने लाउंदियां ने। हुण इत्थे इक सवाल खड़ा हुंदा वी बंदे 1.5 ते बीबियां 2.5। औरत दे विच कुदरती परमेशर ने ना भावना ज़्यादा दित्ती है, जिस करके इन्हां नूं बंदियां नालों भावना दे विच वध दर्जा दिता गया है। गुरबाणी ने संतां दी अवस्था बारे कहा है, संत का मार्ग धर्म की पौड़ी को वडभागी पाए। कोई विरला ही वड्डियां भागां वाला है जिहड़ा इस रस्ते नूं प्राप्त करदा है। हुण महापुरश जिहड़े विद्या मारतण श्रीमान संत ज्ञानी गुरबचन सिंह जी खालसा जी होए ने पिंडरां वाले, वो अर्थ करदे हुंदे सी बड़ा सोहणा वी, सावण सरसी कामणी चरण कमल सिंह प्यार। उन्हां ने जिहड़ा सरस शब्द है इहदा अर्थ बड़ा कमाल दा कीता। आपां दे सरस दा अर्थ करदे हां खेड़ा, खुशी, रस।
ਵੀ ਜਿਹੜੇ ਹਮੇਸ਼ਾ ਖੇੜੇ 'ਚ ਰਹਿੰਦੇ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪਕਾ ਦਾ। ਸੰਤਾਂ ਨੇ ਅਰਥ ਕੀਤਾ ਹੈ ਵੀ ਸਰਸ ਮੈਨੇ ਜਦੋਂ ਤੁਹਾਡੀ ਅਵਸਥਾ ਉੱਚੀ ਹੋ ਜਾਂਦੀ ਹੈ ਅਧਿਕਤਾ ਨੂੰ ਪ੍ਰਾਪਤ ਹੁੰਦੀ। ਜਿਵੇਂ ਇੱਕ ਜਗ੍ਹਾ ਤੋਂ ਕਹਿੰਦੀ ਨਾ ਸਾਵਣ ਸਰਸ ਮਨਾ ਘਣ ਵਰਸਹਿ ਰੁੱਤੇ ਆਇਆ, ਇਸੇ ਤਰ੍ਹਾਂ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆ। ਹੁਣ ਇਹਦਾ ਵਿਦਵਾਨ ਅਰਥ ਕਰਦੇ ਨੇ ਵੀ ਉਹ ਅਵਸਥਾ ਜਿੱਥੇ ਜਾ ਕੇ ਸਾਡਾ ਸਰੀਰ ਨਾਲ ਉਹ ਸੰਬੰਧ ਟੁੱਟ ਜਾਂਦਾ, ਉਹ ਅਧਿਕ ਅਵਸਥਾ ਪ੍ਰਾਪਤ ਕਰਨੀ, ਵੱਡੀ ਅਵਸਥਾ ਪ੍ਰਾਪਤ ਕਰਨੀ। ਹੁਣ ਅਸੀਂ ਗੁਰਬਾਣੀ ਦੇ ਵਿੱਚ ਜੇ ਸਿੱਖ ਸ਼ਬਦ ਦੇ ਅਰਥ ਪੜ੍ਹੀਏ ਤਾਂ ਮਹਾਰਾਜ ਕਹਿੰਦੇ ਨੇ ਵੀ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੈ ਉੱਠ ਹਰ ਨਾਮ ਤੇ ਆਵੇ, ਉਦਮ ਕਰੇ ਭਲਕੇ ਪ੍ਰਭਾਤੀ ਇਸਨਾਨ ਕਰੇ ਅੰਮ੍ਰਿਤ ਸਰਨ ਆਵੇ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਲਵਿਕ ਪਾਪ ਦੁੱਖ ਲੈ ਜਾਵੇ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੇ। ਵੀ ਸਿੱਖ ਉਹ ਹੈ ਜਿਹੜਾ ਅੰਮ੍ਰਿਤ ਵੇਲੇ ਉੱਠੇ ਅਤੇ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਦਾ ਨਾਮ ਜਪੇ। ਹੁਣ ਜੇ ਮੰਨ ਲਓ ਸਵੇਰੇ ਨਾਮ ਜਪ ਲਿਆ ਫਿਰ ਦੁਪਹਿਰੇ ਕੀ ਕਰੇ, ਵੀ ਦੁਪਹਿਰੇ ਨਿੰਦਿਆ ਕਰੇ ਕਿਸੇ ਦੀ, ਦੁਪਹਿਰੇ ਫਿਰ ਉਹ ਚੁਟਕਲੇ ਸੁਣਾਉਂਦਾ ਰਹੇ ਇੱਕ ਦੂਜੇ ਨੂੰ ਵੀ ਚੱਲ ਸਵੇਰੇ ਸਾਰਾ ਜ਼ੋਰ ਲਾ ਲਿਆ ਹੁਣ ਦੁਪਹਿਰੇ ਘੜੀ ਮੌਜਾਂ ਕਰੀਏ, ਦੁਨੀਆਂ ਦਾ ਸਵਾਦ ਲਈਏ, ਈਰਖਾ ਨਿੰਦਿਆ ਚੁਗਲੀ ਵਕੀਲੀ ਇਹੀ ਚੱਲਦਾ ਹੈ। ਮਹਾਰਾਜ ਕਹਿੰਦੇ ਨਹੀਂ, ਜੇ ਸਵੇਰੇ ਨਾਮ ਜਪ ਲਿਆ ਅਤੇ ਦੁਪਹਿਰੇ ਤੂੰ ਕੰਮ ਕਾਰ ਕਰਦਾ ਹੋਇਆ ਵੀ ਉਸ ਵਾਹਿਗੁਰੂ ਨੂੰ ਚੇਤੇ ਰੱਖ, ਕਿਉਂ ਗੱਲ ਜਿਹੜੀ ਹੈ ਇਹ ਮਨ ਦੀ ਹੈ ਵੀ ਤੇਰਾ ਮਨ ਕਿਹੜੇ ਪਾਸੇ ਲੱਗਾ ਰਹਿੰਦਾ। ਹੁਣ ਸਵੇਰੇ ਵੀ ਜ਼ੋਰ ਲਾ ਲਿਆ, ਸ਼ਾਮ ਨੂੰ ਵੀ ਜ਼ੋਰ ਲਾ ਲਿਆ ਅਤੇ ਦੁਪਹਿਰੇ ਮਨ ਹੋਰ ਕਿਸੇ ਪਾਸੇ ਲੱਗ ਗਿਆ। ਤਾਂ ਮਹਾਰਾਜ ਕਹਿੰਦੇ ਜੇ ਸਵੇਰੇ ਵੀ ਨਾਮ ਜਪੇ ਫਿਰ ਦਿਨ ਚੜ੍ਹੇ ਬਾਣੀ ਪੜ੍ਹੇ ਬਹਿੰਦਿਆਂ ਉੱਠਦਿਆਂ ਨਾਮ ਧਿਆਵੇ ਫਿਰ ਕੀ ਹੋਊਗਾ, ਕਹਿੰਦੇ ਗੁਰੂ ਪ੍ਰਸੰਨ ਹੋ ਜਾਵੇਗਾ। ਪ੍ਰਸੰਨ ਹੋ ਕੇ ਸੱਚੇ ਪਾਤਸ਼ਾਹ ਬੀਬੀਆਂ ਨੂੰ ਬੇਨਤੀ ਵੀ ਸੰਗਤ ਬਹੁਤ ਬੇਅੰਤੀ ਗਿਣਤੀ 'ਚ ਪਹੁੰਚ ਰਹੀ ਹੈ, ਪ੍ਰਸ਼ਾਦਿਆਂ ਦੀ ਸੇਵਾ ਵੀ ਜ਼ਰੂਰ ਕਰੋ, ਜਿਸ ਕਰਕੇ ਸਾਡਾ ਇਹ ਸਮਾਂ ਜਿਹੜਾ ਹੈ ਸਫਲਾ ਹੋਵੇ। ਸੰਗਤ ਦੀ ਸੇਵਾ ਤੋਂ ਵੱਡਾ ਕੁਝ ਨਹੀਂ। ਸੋ ਸਾਰੀਆਂ ਬੀਬੀਆਂ ਦੇ ਚਰਨਾਂ 'ਚ ਬੇਨਤੀ ਕਿ ਪ੍ਰਸ਼ਾਦਿਆਂ ਦੀ ਸੇਵਾ ਵਾਸਤੇ ਜ਼ਰੂਰ ਪਹੁੰਚੋ। ਸਤਿਗੁਰੂ ਫਿਰ ਪ੍ਰਸੰਨ ਹੋ ਜਾਂਦਾ ਹੈ ਅਤੇ ਫਿਰ ਪ੍ਰਸੰਨ ਹੋ ਕੇ ਕੀ ਕਰਦਾ ਹੈ, ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੇ। ਹੁਣ ਇੱਥੇ ਇੱਕ ਸ਼ੰਕਾ ਪੈਦਾ ਹੋ ਜਾਂਦੀ ਹੈ ਵੀ ਜਿਹੜਾ ਪਹਿਲਾਂ ਸਵੇਰੇ ਉੱਠ ਕੇ ਨਾਮ ਜਪਿਆ ਉਹ ਕੀ ਸੀ, ਉਹ ਵੀ ਤਾਂ ਉਪਦੇਸ਼ ਹੀ ਸੀ ਨਾ, ਫਿਰ ਦਿਨ ਚੜ੍ਹੇ ਬਾਣੀ ਪੜ੍ਹੀ ਉਹ ਕੀ ਸੀ, ਉਹ ਵੀ ਤਾਂ ਉਪਦੇਸ਼ ਸੀ, ਇਹ ਫਿਰ ਦੂਜਾ ਉਪਦੇਸ਼ ਕਿਹੜਾ ਵਾ ਜਿਹੜਾ ਗੁਰੂ ਬਾਅਦ 'ਚ ਸੁਣਾਉਂਦਾ ਜਦੋਂ ਕਿਤੇ ਪ੍ਰਸੰਨ ਹੋਵੇ ਸਿੱਖ ਦੇ। ਹੁਣ ਵਾਹਿਗੁਰੂ ਦਾ ਨਾਂ ਜਪਣਾ ਅਸੀਂ ਤਾਂ ਇਹਨੂੰ ਹੀ ਉਪਦੇਸ਼ ਸਮਝਦੇ ਹਾਂ, ਬਾਣੀ ਪੜ੍ਹਨੀ ਇਹਨੂੰ ਹੀ ਉਪਦੇਸ਼ ਅਸੀਂ ਸਮਝਦੇ, ਅਤੇ ਮਹਾਰਾਜ ਜੀ ਨੇ ਵੀ ਕਿਹਾ ਵਾ ਉਪਦੇਸ਼ ਗੁਰੂ ਹਰ ਹਰ ਜਪ ਜਪ। ਪਰ ਇਹ ਉਪਦੇਸ਼ ਕਿਹੜਾ ਵਾ ਜਿਹੜਾ ਅੰਮ੍ਰਿਤ ਵੇਲੇ ਉੱਠੇ ਸਿਮਰਨ ਕਰੇ ਰਹਿਤ ਰੱਖੇ ਬਾਣੀ ਪੜ੍ਹੇ ਉੱਠਦਿਆਂ ਬਹਿੰਦਿਆਂ ਨਾਮ ਧਿਆਵੇ ਫਿਰ ਕਿਤੇ ਗੁਰੂ ਮਹਾਰਾਜ ਖੁਸ਼ ਹੋਣਗੇ ਅਤੇ ਤੈਨੂੰ ਉਪਦੇਸ਼ ਦੇਣਗੇ, ਤੈਨੂੰ ਉਪਦੇਸ਼ ਸੁਣਾਉਣਗੇ। ਤਾਂ ਮਹਾਂਪੁਰਸ਼ ਉਹਦਾ ਅਰਥ ਕਰਦੇ ਆ ਵੀ ਫਿਰ ਗੁਰੂ ਪ੍ਰਸੰਨ ਹੋ ਕੇ ਉਹਨੂੰ ਇੱਕ ਉਪਦੇਸ਼ ਦਿੰਦਾ ਵੀ ਤੂੰ ਸਰੀਰ ਨਹੀਂ ਆ। ਇੱਥੇ ਉਪਦੇਸ਼ ਦਾ ਅਰਥ ਬਦਲ ਗਿਆ, ਇੱਕ ਤਾਂ ਉਪਦੇਸ਼ ਹੈ ਨਾ ਵੀ ਨਾਮ ਜਪੋ ਬਾਣੀ ਪੜ੍ਹੋ ਅੰਮ੍ਰਿਤ ਛਕੋ ਰਹਿਤ ਰੱਖੋ, ਇਹ ਜਦੋਂ ਸਾਰਾ ਕੁਝ ਕਰ ਲਿਆ ਖੱਟ ਸਾਧਨ ਸੰਪੰਨ ਹੋ ਗਿਆ ਤਾਂ ਫਿਰ ਮਹਾਰਾਜ ਉਹਨੂੰ ਇੱਕ ਉੱਤੇ ਬਖਸ਼ਿਸ਼ ਕਰਦੇ, ਉਹਨੂੰ ਸਮਝ ਆਉਂਦੀ ਵੀ ਮੈਂ ਸਰੀਰ ਨਹੀਂ,
ਇਹ ਉਪਦੇਸ਼ ਉਹਨੂੰ ਬਾਅਦ 'ਚ ਦਿੰਦੇ, ਜਿਹਨੂੰ ਕਹਿੰਦੇ ਦੇਹ ਅਧਿਆਸ ਛੱਡ ਦੇਣ, ਵੀ ਮੈਂ ਸਰੀਰ ਨਹੀਂ, ਮੈਂ ਮਨ ਨਹੀਂ, ਮੈਂ ਬੁੱਧੀ ਨਹੀਂ, ਦੇਖਣ ਵਾਲਾ ਬਣ ਕੇ ਰਹਿਣਾ। ਮਹਾਤਮਾ ਜਿਹੜੇ ਸੀ ਉਹ ਇੱਕ ਬੜੀ ਪ੍ਰਸਿੱਧ ਗਾਥਾ ਸੁਣਾਉਂਦੇ ਹੁੰਦੇ ਸੀ, ਅਤੇ ਸੱਤੋ ਵਾਲੀ ਗਲੀ ਵਾਲੇ ਮਹਾਂਪੁਰਸ਼ਾਂ ਨੇ ਵੀ ਲਿਖਿਆ, ਉਹ ਕਹਿੰਦੇ ਵੀ ਇੱਕ ਮਹਾਂਪੁਰਸ਼ ਹੋਏ ਨੇ ਜਿਨ੍ਹਾਂ ਦਾ ਨਾਂ ਸੀ ਜੜ ਪਰਤ। ਜੜ ਦੀ ਨਿਆਈ ਜਿਨ੍ਹਾਂ ਉੱਤੇ ਨਾ ਦੁੱਖ ਦਾ ਅਸਰ, ਨਾ ਸੁੱਖ ਦਾ, ਨਾ ਖੁਸ਼ੀ ਦਾ, ਨਾ ਗਮੀ ਦਾ, ਨਾ ਜੰਮਣ ਦਾ, ਨਾ ਮਰਨ ਦਾ। ਕਿਸੇ ਰਾਜੇ ਨੇ ਇੱਛਾ ਕੀਤੀ ਵੀ ਮੈਂ ਪਰਮੇਸ਼ੁਰ ਨੂੰ ਮਿਲਣਾ, ਵਾਹਿਗੁਰੂ ਨੂੰ ਮਿਲਣਾ, ਅਤੇ ਜਿੱਥੇ ਚਾਹ ਉੱਥੇ ਰਾਹ, ਜਿਹੀ ਸੁਰਤ ਤੇ ਤਿੰਨ ਰਾਹੋ, ਜਿਹੋ ਜਿਹਾ ਤੁਹਾਡਾ ਮਨ ਆ ਉਹੋ ਜਿਹੀ ਤੁਹਾਨੂੰ ਵਸਤੂ ਮਿਲ ਜਾਂਦੀ ਹੈ। ਤਾਂ ਰਾਜਾ ਸੱਚ ਦੇ ਵਿੱਚ ਵਾਹਿਗੁਰੂ ਨੂੰ ਮਿਲਣਾ ਚਾਹੁੰਦਾ ਸੀ। ਉਹ ਕਹਿੰਦੇ ਜੀ ਕੋਈ ਮਿਲਾ ਸਕਦਾ ਹੈ? ਕਹਿੰਦੇ ਇੱਕ ਮਹਾਤਮਾ ਹੈ, ਉਹਦਾ ਨਾਮ ਬ੍ਰਹਮ ਗਿਆਨੀ ਜੜ ਪਰਤ। ਕਹਿੰਦਾ ਮੈਨੂੰ ਕਿੱਦਾਂ ਪਤਾ ਲੱਗੂ, ਦੁਨੀਆਂ 'ਚ ਤਾਂ ਸਾਧੂਆਂ ਦੀ ਗਿਣਤੀ ਬੜੀ ਹੈ। ਉਹ ਕਹਿੰਦੇ ਵੀ ਬ੍ਰਹਮ ਗਿਆਨੀ ਦੀਆਂ ਕੁਝ ਨਿਸ਼ਾਨੀਆਂ ਹੁੰਦੀਆਂ ਨੇ, ਇੱਕ ਤਾਂ ਉਹਨੂੰ ਵਿਕਾਰ ਪੈਦਾ ਨਹੀਂ ਹੁੰਦਾ, ਦੂਸਰਾ ਉਹਦੇ ਚਿੱਤ ਦੇ ਵਿੱਚ ਵਿਕਸ਼ੇਪ ਪੈਦਾ ਨਹੀਂ ਹੁੰਦਾ, ਮੈਨੇ ਉਹ ਤਹਿ ਸਿਜ ਨਹੀਂ ਆਉਂਦਾ, ਖਿਝਦਾ ਨਹੀਂ, ਕ੍ਰੋਧ ਨੂੰ ਉਹਨੇ ਵੱਸ 'ਚ ਕੀਤਾ ਹੁੰਦਾ, ਤਾਂ ਉਹਦੇ ਮਨ ਦੇ ਵਿੱਚ ਘਬਰਾਹਟ ਪੈਦਾ ਨਹੀਂ ਹੁੰਦੀ, ਕੁਛ ਹੋ ਜਾਵੇ ਭਾਵੇਂ। ਕਹਿੰਦੇ ਜੀ ਤੀਸਰਾ, ਉਹ ਕਹਿੰਦੇ ਵੀ ਤੀਸਰਾ ਉਹ ਬੰਧਨ ਕੱਟ ਸਕਦਾ, ਜੇ ਚਾਹੇ ਉਹ ਮਰਜ਼ੀ ਹੋਵੇ ਤਾਂ ਕੱਟ ਸਕਦਾ। ਉਹ ਕਹਿੰਦੇ ਜੀ ਹੋਰ, ਉਹ ਕਹਿੰਦੇ ਚੌਥਾ ਉਹਦੇ 'ਚ ਦੇਹ ਅਧਿਆਸ ਨਹੀਂ ਹੁੰਦਾ, ਸਰੀਰ ਤੋਂ ਪਰੇ ਹੁੰਦਾ। ਇੱਦਾਂ ਕੁਝ ਉਹਨਾਂ ਮਹਾਂਪੁਰਸ਼ਾਂ ਨੇ ਨਿਸ਼ਾਨੀਆਂ ਉਹਨਾਂ ਦੀਆਂ ਲਿਖੀਆਂ। ਤਾਂ ਰਾਜੇ ਨੂੰ ਉਹਨਾਂ ਆਖਿਆ ਵੀ ਤੂੰ ਲੰਗਰ ਲਾ, ਤੁਰਦਾ ਫਿਰਦਾ ਕਿਤੇ ਰੱਬ ਉਹਨੂੰ ਵੀ ਲੈ ਕੇ ਆਊਗਾ, ਜੇ ਤੇਰੀ ਭਾਵਨਾ ਸੱਚੀ ਹੋਈ ਤਾਂ ਉਹ ਵੀ ਇੱਕ ਦਿਨ ਪਹੁੰਚੂਗਾ। ਤਾਂ ਰਾਜੇ ਨੇ ਫਿਰ ਇੱਕ ਪਰਖ ਕੀਤੀ, ਆਏ ਗਏ ਸਾਧੂ ਦੀ ਬੜੀ ਸੇਵਾ ਕਰਨੀ, ਜਾਣ ਲੱਗੇ ਨੂੰ ਸਰੂਪਾ ਵੀ ਦੇਣਾ, ਮਾਇਆ ਵੀ ਦੇਣੀ, ਮਾਣ ਕਰਨਾ, ਪਰ ਜਾਣ ਲੱਗਿਆਂ ਇੱਕ ਪਰਖ ਕਰਨੀ। ਨਿੰਮਾਂ ਬੜੀਆਂ ਲਾਈਆਂ ਸੀ ਅਤੇ ਰਾਜੇ ਨੇ ਜਾਣ ਕੇ ਜਦੋਂ ਸਰੋਪਾ ਦੇ ਕੇ ਮਾਇਆ ਦੇ ਕੇ ਤੋਰਨ ਜਾਣਾ ਨਾ, ਅਤੇ ਜਿੱਥੇ ਨਿੰਮਾਂ ਲੱਗੀਆਂ ਉੱਥੇ ਕਹਿਣਾ ਮਹਾਰਾਜ ਜੇ ਤੁਸੀਂ ਰੋਕ ਜਾਓ, ਇਹਨਾਂ ਨੂੰ ਨਾ ਅੰਬ ਬਹੁਤ ਮਿੱਠੇ ਲੱਗਦੇ ਆ, ਅਜੇ ਨਿੱਕੇ ਆ ਅਤੇ ਥੋੜ੍ਹੇ ਸਮੇਂ 'ਚ ਪੱਕ ਜਾਣਗੇ, ਤੁਸੀਂ ਖਾ ਕੇ ਜਾਇਓ, ਇਹਨਾਂ ਦਾ ਰਸ ਮਾਣਿਓ, ਚੂਸਿਓ ਇਹਨਾਂ ਨੂੰ। ਉਹ ਸਾਧੂ ਨੇ ਤਹਿਸ਼ 'ਚ ਆ ਜਾਣਾ ਵੀ ਤੂੰ ਬੇਵਕੂ ਸਮਝਦਾ ਮੈਨੂੰ, ਨਿੰਮਾਂ ਨੂੰ ਵੀ ਕਦੀ ਅੰਬ ਲੱਗੇ ਆ? ਰਾਜੇ ਬੜੇ ਤਿੱਖੇ ਹੁੰਦੇ ਵੇਖ ਲਓ, ਉਹਨੇ ਸਮਝ ਜਾਣਾ ਵੀ ਇਹ ਜੜ ਪਰਥ ਨਹੀਂ ਹੈ। ਸਾਧ ਨੇ ਸਮਝਣਾ ਵੀ ਮੈਂ ਬੜਾ ਸਿਆਣਾ, ਅਤੇ ਰਾਜੇ ਨੇ ਸਮਝ ਲੈਣਾ ਵੀ ਇਹ ਬ੍ਰਹਮ ਗਿਆਨੀ ਨਹੀਂ। ਦੇਖ ਲਓ ਕਿੱਡੇ ਤਿੱਖੇ ਹੁੰਦੇ। 5 ਸਾਲ ਆਪਾਂ ਰੌਲਾ ਪਾਉਂਦੇ ਰਹਿੰਦੇ ਪਾਉਂਦੇ ਰਹਿੰਦੇ, 5 ਕੁ ਸਾਲਾਂ ਬਾਅਦ ਆਉਂਦੇ ਫੇਰ ਵੋਟਾਂ ਲੈ ਜਾਂਦੇ ਆ, ਕੰਮ ਫੇਰ ਉਹ ਹੀ ਹੁੰਦਾ। ਇੱਦਾਂ ਹੀ ਇੱਕ ਦਿਨ ਤੁਰਦਾ ਤੁਰਦਾ ਜੜ ਪਰਥ ਆ ਗਿਆ, ਪ੍ਰਸ਼ਾਦਾ ਪਾਣੀ ਸੇਵਾ ਕੀਤੀ ਜੋ ਵੀ ਹੈ, ਜਾਣ ਲੱਗੇ ਨੂੰ ਸਰੂਪਾ ਦਿੱਤਾ, ਮਾਇਆ ਉਹਨੇ ਗ੍ਰਹਿਣ ਨਾ ਕੀਤੀ, ਜਿੱਥੇ ਪਈ ਪਈ ਹੈ, ਜਿੱਥੇ ਸਰੂਪਾ ਪਿਆ ਪਿਆ ਹੈ, ਅਤੇ ਤੁਰਨ ਲੱਗਿਆਂ ਨੂੰ ਕਹਿੰਦਾ ਮਹਾਰਾਜ ਇਹ ਅੰਬ ਬਹੁਤ ਮਿੱਠੇ ਲੱਗਦੇ ਇਹਨਾਂ ਦਰਖਤਾਂ ਦੇ, ਜੇ ਤੁਸੀਂ ਕੁਝ ਚਿਰ ਰੁਕ ਜਾਓ ਤਾਂ ਤੁਹਾਨੂੰ ਛਕਾਵਾਂਗੇ। ਕਹਿੰਦੇ ਜੜ ਪਰਥ ਦੇ ਮਨ 'ਤੇ ਅਸਰ ਹੀ ਕੋਈ ਨਾ ਪਿਆ। ਉਹ ਕਹਿੰਦਾ ਰੋਕ ਜਾਂਦੇ ਕੋਈ ਗੱਲ ਨਹੀਂ, ਜਦੋਂ ਪੱਕ ਜਾਣਗੇ ਤਾਂ ਚੂਪ ਲਾਂਗੇ, ਕੋਈ ਨਹੀਂ। ਉਹ ਸ਼ਾਂਤ ਸੁਭਾਅ 'ਚ ਬੈਠੇ ਰਹੇ। ਰਾਜੇ ਨੇ ਦੇਖਿਆ ਵੀ ਪਹਿਲੀ ਪਰਖ 'ਚ ਪਾਸ ਹੋਇਆ,
इनू क्रोध नहीं आया। फिर उन्हें दूजी परख की, एक जिमें हम साखीकार लिखते हैं ना, तो महाराज कहिंदे सुन साखी मन जप पिया है। उन्हें की किया भी पिंजरे नू तोते अपना जिहड़ा पिंजरा है उहदे तोता बंद किया, उन्हें सिखाया सी भी जे कोई महात्मा पहली परख च पास हो गया फिर दूजी परख तेरी। तू कहना महात्मा जी साधु ते जम्मण मरन कट देंदे ते तू मेरे लोहे का पिंजरा नहीं कटदा। साधु ते 84 कट देंदे तेरे तो इत्थों की कैद नहीं कटी जाती, मेरे ते कृपा कर। ता कहिंदे कोई भी महात्मा, कई महात्मा पहली परख पास भी करके पर दूजा वो बंधन तोते दा नहीं कट सकता। ता जदों जड़ परथ आया साखीकार शरदा विच लिखते ने कि उन्हें पता नहीं उन्हों की इशारा किया जड़ परथ ने कि इदा धौण सुट के पै जा ते बंधन मुक्त। हुण लिखण वाले लिखते आपां ते उहदा निचोड़ लैणा सिखिया। जिन्हों गुरबाणी कहती है भी टूटे बंधन जा सके होआ साधु संग। बंधन खोलन संत दूत सब जाए छप। असली संत वो जिहड़ा बंधन कटे। तां जड़ परथ का इशारा पा के वह तोता जिहड़ा सी वह लंबे पै गया। नौकरां ने वेख्या भी पता नहीं की हो गया, राजे नूं दस्सिया। राजे ने आख्या भी चलो ढिला होया होना, बाहर हवा च रखो। उहदे उत्ते अतर छिड़किया, गुलाब जल छिड़किया, बड़ा हिलाया उहनूं, पर उह कित्थे हिले। उहनूं किसे साधु का इशारा सी जे इह लग्या ते गया। हिलणा नहीं इत्थे जिन्ने भी धर्म ते चलणा ना, एक बारी अमृत छक लिया फिर हिलना नहीं। दुनिया ने हिलाना तुहानू फड़फड़, जे हिल गया तू गया। उहने ना अख पुट्टी, बड़े ना गुलाब जल पाए उहदे ते। उह राजे ने आख्या चलो कोचे रहण दो, धुप पैण ना ठीक हो जूगा। तोते ने वेख्या भी हुण कोई लागे जापदा नहीं है, उहने अख पुट्टी ते कोई लागे नहीं सी, मारी उडारी ते बह गया दरख्त ते जा के। कहिंदा भी वाकई संत पूरे आ, इत्थों दे बंधन भी कट दे ते अगले भी कट दिंदे। दूसरी परख दे विच्चों भी जड़ परथ पास होए। तीसरी परख इस तरह कीती भी कहिंदे राजे ने ना पालकी चकाई उहनूं, तीन कहार लाए, शरीर बड़ा बली सी जड़ परथ दा पत्थर दी न्याई। चौथा उन्हों लाया ते कुछ चिर पालकी च जदों तुरती रही ते जड़ परथ कहिंदे अपनी मौत च तुरे, अपनी मस्ती च कदम रखे। राजे ने पुछया भी तुरदे क्यों नहीं छेती, कहिंदे जी आ जिहड़ा चौथा लाया ये नहीं हिलदा, मर्जी ना हिलदा। ਤਾਂ ਰਾਜੇ ਨੂੰ ਤਾਂ ਚਲੋ ਪਤਾ ਸੀ, ਉਹ ਤਾਂ ਉਹਨੂੰ ਕ੍ਰੋਧ ਦਵਾਉਣਾ ਚਾਹੁੰਦਾ ਸੀ ਵੀ ਤੂੰ ਇੱਕ ਵਾਰੀ ਮੱਥੇ 'ਤੇ ਤਿਊੜੀ ਪਾ। ਤਾਂ ਰਾਜਾ ਥੱਲੇ ਉਤਰਿਆ, ਕਹਿੰਦਾ ਮਹਾਤਮਾ ਜੀ ਤੁਹਾਡਾ ਮੋਢਾ ਤਾਂ ਨਹੀਂ ਦੁਖਿਆ। ਜਿਹੜਾ ਜੜ ਪਰਥ ਨੇ ਜਵਾਬ ਦਿੱਤਾ ਉਹ ਹੋਰ ਗ੍ਰੰਥਾਂ 'ਚ ਲਿਖਿਆ ਹੈ। ਉਹ ਕਹਿੰਦੇ ਵੀ ਪਾਲਕੀ ਮੋਢੇ 'ਤੇ, ਮੋਢਾ अगे शरीर ते, शरीर सारा अगे पैरां ते, पैर धरती ते, ते ना ते मैं चुकिया ते ना ही मैं थकिया। वो कहिंदा भी यही आ जिहनू लभदा फिरदा मैं, ये उहो ही आ। इहनू कहिंदे देह अध्यास छड्डणा भी मैं शरीर नहीं हाँ। हुण तुसीं हैरान होवोगे जदों दसवें पातशाह ने अमृत छकाया ना, तां 200 साल बाद अमृत छकाया महाराज।
किते गुरबाणी पढ़ो, ये ब्रह्मांड ये धरती बनाउण नू टाइम नहीं लगा रब नू, पर बंदे नू बंदा बनाउण लग्या दस जामे लग गए। ते धरती बारे महाराज की कहिंदे, कहिंदे एक खेन लगा, खेन एक अख दे फोर दे विच ही कहिंदे ब्रह्मांड रचिया। ते तुहाडे उत्ते किन्नी क मेहनत कीती होगी दसां पातशाहियां, 200 साल बाद महाराज ने अमृत छकाया, 200 साल वो चेक ही करी गए भी ये बनिया कि नहीं। ते साखीकार साडे लिखते ने भी जदों फिर महाराज ने आनंदपुर साहब इकट्ठ किया ना, तो कढ के म्यान चो श्री साहब आए ना स्टेज ते, फिर अज 200 साल की मेहनत परखी फिर महाराज ते की आवाज च कहा सी भी कोई इदां दा सिख है। सनमुख सीस भेट करे जोई, जिहड़ा अपना सीस भेट करे मैनू धर्म की खातर, क्यों धर्म कहिंदा ना भी तन मन धन सब सौंप गुर को हुक्म मन्निया पाई है कोई इदां दा तां कहिंदे पहली आवाज दे विच कोई बना उठिया। गल बड़ी सुन वाली आ तुहाडे, सुनी तुसी हर वरी आ विसाखी ते, पर ऐरकी आपां इहदा मतलब कुछ होर कटांगे। दूसरी वरी महाराज ने आवाज दित्ती, भी कोई इदां दा सनमुख सिख है जिहड़ा सीस भेट करे, तां कहिंदे भाई दया राम जी उठे। महाराज कहिंदे दया राम पहली आवाज ते क्यों नहीं उठिया, तां उत्थे साडे सुनाउण वाले पता की सुनाउंदे आ, हसोगे तुसीं। भाई दया राम कहिंदा महाराज मैं सोची पै गया, हुण जे कोई मेरे वर्गा सवाल करदे वी 200 साल मेहनत कीती अजे सोची पैणा सी, तां गल बणदी नहीं ना फिर। ਵੀ 200 ਸਾਲ 'ਚ 10 ਪਾਤਸ਼ਾਹੀਆਂ ਸਿੱਖ ਦਾ ਦੇਹ ਅਧਿਆਸ ਹੀ ਨਹੀਂ ਭੰਨ ਸਕੀਆਂ, ਜਿਹੜਾ ਇੱਕ ਸੰਤ ਦਾ ਕੋਈ 15-20 ਸਾਲ ਮਿਹਨਤ ਕਰਨ ਕਰਕੇ ਟੁੱਟ ਜਾਂਦਾ ਦੇਹ ਅਧਿਆਸ, ਅਤੇ 200 ਸਾਲ ਲਾਇਆ ਹੋਵੇ ਅਤੇ ਭਾਈ ਦਇਆ ਰਾਮ ਕਹੇ ਮੈਂ ਸੋਚਣ ਲੱਗ ਪਿਆ, ਇਹ ਨਹੀਂ ਗੱਲ। ਗੱਲ ਅਸਲ ਇਹ ਹੈ ਵੀ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਨੇ ਆਖਿਆ ਮਹਾਰਾਜ ਮੈਂ ਉਡੀਕਦਾ ਸੀ ਵੀ ਤੁਸੀਂ ਆਪ ਇਸ਼ਾਰਾ ਕਰੋਗੇ, ਆਪਣੇ ਆਪ ਸਿੱਖ ਉੱਠੂਗਾ ਅਤੇ ਉਹ ਆਪਣਾ ਹੰਕਾਰ ਹੋ ਜਾਂਦਾ, ਕੀ ਪਤਾ ਤੁਸੀਂ ਕਿਹਨੂੰ ਮਾਣ ਦੇਣਾ, ਕੀ ਪਤਾ ਤੁਸੀਂ ਕਿਹਨੂੰ ਸਤਿਕਾਰ ਦੇਣਾ। ਜਿਸ ਮਸਤਕ ਭਾਗ ਸੋ ਲਾਗਾ ਸੇਵ, ਸਿੱਖ ਤਾਂ ਸਾਰੇ ਕਮਾਈ ਵਾਲੇ ਆ, ਅਰੇ ਤਾਂ ਤੁਹਾਡੀ ਮੌਜ ਆ ਨਾ ਵੀ ਤੁਸੀਂ ਕਿਹਨੂੰ ਮਾਣ ਦੇਣਾ ਸਤਿਕਾਰ ਦੇਣਾ। ਤਾਂ ਉਹ ਸਾਡੇ ਜਿਹੜੇ ਸੁਣਾਉਣ ਵਾਲੇ ਆ ਉਹ ਫਿਰ ਬੜਾ ਵਧਾ ਦਿੰਦੇ ਆ, ਜਿਵੇਂ ਕੱਚੀ ਲੱਸੀ ਜਿੰਨੀ ਮਰਜ਼ੀ ਵਧਾਈ ਜਾਓ, ਮਹਾਰਾਜ ਮੈਂ ਸੋਚੀ ਪੈ ਗਿਆ, ਮਹਾਰਾਜ ਮੈਂ ਟੱਬਰ ਬਾਰੇ ਸੋਚਣ ਲੱਗ ਪਿਆ, ਮਹਾਰਾਜ ਮੈਂ ਪਰਿਵਾਰ ਬਾਰੇ ਸੋਚਣ ਲੱਗ ਪਿਆ। ਇਹ ਤਾਂ ਕਵੀਆਂ ਦੀਆਂ ਗੱਲਾਂ ਨੇ, ਜਿੰਨਾ ਮਰਜ਼ੀ ਵਧਾ ਲਓ, ਨਹੀਂ ਤਾਂ ਇੱਕ ਸਵਾਲ ਖੜਾ ਹੁੰਦਾ ਵੀ 200 ਸਾਲ 'ਚ ਮਹਾਰਾਜ ਕਿਸੇ ਸਿੱਖ ਦਾ ਦੇਹ ਅਧਿਆਸ ਹੀ ਨਹੀਂ ਭੰਨ ਸਕੇ। ਚਲੋ ਇਹ ਤਾਂ ਪੁਰਾਣੀਆਂ ਗੱਲਾਂ ਨੇ, ਬੇਨਤੀ ਤਾਂ ਕਰਦਾ ਵੀ ਹਰ ਸਾਲ ਹੀ ਆਪਾਂ ਇਹ ਦਿਨ ਮਨਾਉਣੇ ਨੇ। 20ਵੀਂ ਸਦੀ ਦੇ ਮਹਾਨ ਜਰਨੈਲ, ਤੁਸੀਂ ਤਾਂ ਬਜ਼ੁਰਗਾਂ ਨੇ ਵੇਖੇ ਹੀ ਆ ਸਾਰਿਆਂ ਨੇ, ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹਨਾਂ ਦੀ ਤੁਸੀਂ ਇੱਕ ਵੀਡੀਓ ਸੁਣੋ। ਇੱਕ ਤਾਂ ਹੁੰਦੀ ਨਾ ਵੀ ਕਮਰੇ 'ਚ ਕਹਿ ਕੇ ਗੱਲ ਕੀਤੀ ਸੀ ਕੋਈ, ਅਤੇ ਬਾਅਦ 'ਚ ਉਹਨੂੰ ਜਿੰਨੀ ਮਰਜ਼ੀ ਵਧਾ ਲਓ, ਅਤੇ ਜਿਹੜੇ
ਸ਼ਰਧਾ ਵਾਲੇ ਹੁੰਦੇ ਉਹ ਫਿਰ ਜ਼ਿਆਦਾ ਹੀ ਵਧਾ ਲੈਂਦੇ ਆ, ਕਈ ਵਾਰੀ ਉਹ ਸ਼ਰਧਾ ਤੋਂ ਅੰਧ ਵਿਸ਼ਵਾਸ 'ਚ ਵੀ ਚਲੇ ਜਾਂਦੇ ਆ, ਕਈ ਵਾਰੀ ਉਹਨਾਂ ਦਾ ਉਹ ਸ਼ਰਧਾ ਤਾਂ ਨਹੀਂ ਹੋ ਸਕਦੀ, ਅੰਧ ਵਿਸ਼ਵਾਸ ਇੰਨਾ ਹੋ ਜਾਂਦਾ ਉਹ ਆਪਣੇ ਸੰਤਾਂ ਨੂੰ ਗੁਰੂ ਗ੍ਰੰਥ ਸਾਹਿਬ ਤੋਂ ਵੀ ਵੱਡਾ ਮੰਨਦੇ ਆ, ਇਹ ਫਿਰ ਸ਼ਰਧਾ ਨਹੀਂ ਆ, ਇਹ ਤਾਂ ਫਿਰ ਅੰਧ ਵਿਸ਼ਵਾਸ ਆ। ਜੋ ਗੁਰੂ ਗ੍ਰੰਥ ਸਾਹਿਬ ਗੱਲ ਕਹਿੰਦੇ ਆ ਉਹਦੇ ਨਾਲ ਆਪਣਾ ਮਨ ਪਰਖ ਕੇ ਵੇਖੋ ਵੀ ਜੋ ਗੁਰਬਾਣੀ 'ਚ ਲਿਖਿਆ ਉਹ ਇਸ ਸੰਤ ਉੱਤੇ ਢੁਕਦਾ ਕਿ ਨਹੀਂ, ਜੇ ਤਾਂ ਢੁਕਦਾ ਫਿਰ ਉਹ ਪੂਰਾ, ਜੇ ਨਹੀਂ ਢੁਕਦਾ ਤਾਂ ਫਿਰ ਉਹ ਆਪਣੀ ਮਰਜ਼ੀ ਦਾ ਮਾਲਕ ਹੋਊਗਾ, ਗੁਰਮਤ ਨਾਲ ਨਹੀਂ ਉਹਦਾ ਬਹੁਤਾ ਕੋਈ ਲੈਣਾ ਦੇਣਾ। ਤਾਂ 20ਵੀਂ ਸਦੀ ਦੇ ਮਹਾਨ ਜਰਨੈਲ ਜਿਹੜੇ ਮਹਾਂਪੁਰਸ਼ ਹੋਏ ਨੇ ਉਹਨਾਂ ਦੀ ਇੱਕ ਵੀਡੀਓ 1.5 ਮਿੰਟ ਦੀ, ਬਸ ਵੀ ਲੰਮੀ ਚੌੜੀ ਗੱਲ ਨਹੀਂ, ਉਹ ਕੀ ਕਹਿੰਦੇ ਨੇ ਵੀ ਸਾਰਾ ਜਥਾ ਇਕੱਠਾ ਹੋਵੇ, ਸਰਕਾਰ ਮੈਨੂੰ ਗ੍ਰਿਫਤਾਰ ਕਰੇ, ਸਾਰੇ ਜਥੇ ਦੇ ਵੇਹਦਿਆਂ ਵੇਹਦਿਆਂ ਨਾ ਧੰਨ ਭਾਈ ਮਨੀ ਸਿੰਘ ਵਾਂਗ ਮੇਰਾ ਬੰਦ ਬੰਦ ਕੱਟਣ, ਅਤੇ ਮੈਂ ਗੁਰੂ ਦੇ ਡਰ ਤੋਂ ਕਹਿੰਦਾ, ਗੁਰੂ ਦੇ ਭੈ 'ਚ ਕਹਿੰਦਾ, ਆਪਣਾ ਦਾਵਾ ਨਹੀਂ ਕਰਦਾ, ਜੇ ਗੁਰੂ ਮੇਰਾ ਕਿਰਪਾ ਕਰੇ ਤਾਂ ਏਡਾ ਸਮਰੱਥ ਹੈ ਕਿ ਮੇਰੇ ਮੂੰਹ 'ਚੋਂ ਸੀ ਨਹੀਂ ਨਿਕਲੂਗੀ, ਵਾਹਿਗੁਰੂ ਨਿਕਲੂਗਾ। ਇਹ ਆਪਣਾ ਦਾਵਾ ਨਹੀਂ ਉਹਨਾਂ ਦਾ, ਉਹ ਕਹਿੰਦੇ ਗੁਰੂ ਕਿਰਪਾ ਕਰੇ ਤੁਸੀਂ ਵੇਖਿਓ। ਅਤੇ ਉਹ ਨਾਲ ਅੱਗੇ ਇੱਕ ਹੋਰ ਗੱਲ ਕਹਿੰਦੇ ਵੀ ਮੈਂ ਇਹ ਨਹੀਂ ਕਹਿੰਦਾ ਵੀ ਭਾਈ ਮਨੀ ਸਿੰਘ ਵਾਂਗ ਜਪਜੀ ਸਾਹਿਬ ਪੜੂੰਗਾ, ਉਹ ਤਾਂ ਮਹਾਰਾਜ ਦੀ ਮਰਜ਼ੀ ਆ, ਜੇ ਉਹਨਾਂ ਦੀ ਮਰਜ਼ੀ ਆ ਭਾਵੇਂ ਜਪਜੀ ਸਾਹਿਬ ਪੜ੍ਹਾ ਲੈਣ ਭਾਵੇਂ ਸੁਖੜੀ ਸਾਹਿਬ ਪੜ੍ਹਾ ਲੈਣ, ਇਹ ਤਾਂ ਮਾਲਕ ਦੀ ਮਰਜ਼ੀ, ਮੈਂ ਨਹੀਂ ਕਹਿੰਦਾ। ਇੱਕ ਗੱਲ ਜ਼ਰੂਰ ਕਹਿੰਦਾ ਉਹ ਵੀ ਗੁਰੂ ਦੀ ਕਿਰਪਾ ਨਾਲ, ਗੁਰੂ ਮੇਰੇ 'ਤੇ ਕਿਰਪਾ ਕਰੇ ਅਤੇ ਸਾਰਾ ਜਥਾ ਵੇਖੇ ਤੇ ਇਹ ਬੰਦ ਬੰਦ ਕੱਟਣ ਸਵਾਦ ਫੇਰ ਆਉਂਦਾ। ਇਹਨੂੰ ਕੀ ਕਹਿੰਦੇ, ਜਿੰਨਾ ਸਾਧੂਆਂ ਨੇ ਆਪਣਾ ਦੇਹ ਅਧਿਆਸ ਭੰਨ ਦਿੱਤਾ ਵੀ ਅਸੀਂ ਸਰੀਰ ਨਹੀਂ, ਇਹਨੂੰ ਕਹਿੰਦੇ ਪ੍ਰਭ ਕੀ ਸਰਣ ਸਗਲ ਭੈ ਲਾਥੇ, ਦੁੱਖ ਬਿਨਸੇ ਸੁਖ ਪਾਇਆ। ਜਦੋਂ 100% ਸਿੱਖ ਆਪਣਾ ਆਪ ਗੁਰੂ ਨੂੰ ਸੌਂਪ ਦਿੰਦਾ, ਜਿਹਨੂੰ ਕਹਿੰਦੇ ਸ਼ਰਨ ਦੇ ਵਿੱਚ ਆ ਗਿਆ, ਸ਼ਰਨਾਗਤੀ ਪ੍ਰਾਪਤ ਕਰ ਲਈ, ਕੰਪਲੀਟ ਸਰੈਂਡਰ ਜਿਹਨੂੰ ਕਹਿ ਦਿੰਦੇ ਨਾ ਵੀ 100% ਗੁਰੂ ਨੂੰ ਸੌਂਪਤਾ ਆਪਣਾ, ਆਪਣੀ ਕੋਈ ਮਰਜ਼ੀ ਨਹੀਂ ਰਹਿ ਗਈ, ਆਪਣੀ ਕੋਈ ਇੱਛਾ ਨਹੀਂ ਰਹਿ ਗਈ। ਇਹਨੂੰ ਕੀ ਕਹਿੰਦੇ, ਫੇਰ ਮਹਾਰਾਜ ਕਹਿੰਦੇ ਗੁਰੂ ਉਪਦੇਸ਼ ਦਿੰਦਾ ਇੱਕ, ਜਦੋਂ ਸਿੱਖ 'ਤੇ ਖੁਸ਼ ਹੁੰਦਾ ਪ੍ਰਸੰਨ ਹੁੰਦਾ। ਹੁਣ ਕਹਿਣ ਨੂੰ ਜੋ ਮਰਜ਼ੀ ਕਹੀ ਜਾਓ, ਸਾਡੀ ਪਰਖ ਕੀ ਹੈ, ਗੁਰਬਾਣੀ। ਜੇ ਤਾਂ ਗੁਰਬਾਣੀ ਦੇ ਨਾਲ ਸਾਡੀ ਅਵਸਥਾ ਰਲਦੀ ਤਾਂ ਠੀਕ ਹੈ, ਨਹੀਂ ਰਲਦੀ ਤਾਂ ਐਵੇਂ ਤੁਸੀਂ ਭੁਲੇਖਾ ਵਾ ਜਿੱਡਾ ਮਰਜ਼ੀ ਪਾਲ ਲਓ। ਹੁਣ ਇਹ ਤਾਂ ਦੂਜੇ ਬੰਦੇ ਕਹਿੰਦੇ ਆ ਨਾ ਵੀ ਗਿਆਨੀ ਜੀ, ਅਤੇ ਜਿਹਨੂੰ ਕਹਿੰਦੇ ਆ ਗਿਆਨੀ ਜੀ ਇਹ ਤਾਂ ਉਹਨੂੰ ਹੀ ਪਤਾ ਵੀ ਉਹ ਕਿੱਡਾ ਕੁ ਗਿਆਨੀ ਹੈ। ਇਹ ਤਾਂ ਦੂਜੇ ਕਹਿੰਦੇ ਆ ਨਾ ਵੀ ਸੰਤ ਜੀ, ਜੋ ਮਰਜ਼ੀ ਘਾ ਲਓ, ਬ੍ਰਹਮ ਗਿਆਨੀ ਜੀ। ਪਰ ਜਿਹਨੂੰ ਕਹਿ ਰਿਹਾ ਉਹਨੂੰ ਪਤਾ ਵਾ ਵੀ ਉਹ ਇੱਥੇ ਪਹੁੰਚਿਆ ਵੀ ਆ ਕਿ ਨਹੀਂ, ਉਹਦੇ ਮਨ ਦੇ ਵਿੱਚ ਕੀ ਚੱਲਦਾ ਪਿਆ ਇਹ ਕਿਸੇ ਨੂੰ ਨਹੀਂ ਪਤਾ। ਮਨ ਦੀ ਪਰਖ ਜਿਹੜੀ ਹੈ ਉਹ ਸਿਰਫ ਗੁਰੂ ਸਾਹਿਬ ਜਾਣਦੇ। ਅਤੇ ਮਹਾਰਾਜ ਨੇ ਇਹਨੂੰ ਬੜਾ ਸੁੰਦਰ ਆਖਿਆ ਵੀ ਆ ਵੀ ਕਹਿਣ ਕਹਾਵਨ ਕੋ ਕਈ ਕੇਤੇ, ਐਸੋ ਜਨ ਬਿਰਲੋ ਹੈ ਸੇਵਕ ਜੋ ਤਤ ਜੋ ਕੋ ਬੇਤੇ। ਇਹੋ ਜਿਹਾ ਬ੍ਰਹਮ ਗਿਆਨੀ ਸੰਸਾਰ ਦੇ ਵਿੱਚ ਕੋਈ ਬਿਰਲਾ ਹੀ ਆ। ਹੁਣ ਬਾਹਰੋਂ ਕੀ ਦੇਖਦਾ, ਸਰੀਰ, ਮਨ ਤਾਂ ਦੇਖਦਾ ਨਹੀਂ ਬਾਹਰੋਂ, ਕਿ ਦੇਖਦਾ ਕਿਸੇ ਦੇ ਮਨ 'ਚ ਕੀ ਚੱਲਦਾ। ਕਿਸੇ ਸੂਫੀ ਸਾਧ ਨੇ ਆਖਿਆ ਨਾ, ਦਿਲ ਦਰਿਆ ਸਮੁੰਦਰੋਂ ਡੂੰਘੇ
कौन दिलां दियां जाने। ये किसे सूफी महात्मा की कलाम है। हुण बाहरों की देखता शरीर देखता है जां फिर सोहणे बोल बोलदा सोहणा विचार सोहणे ने मेहनती है विस्टम ज्ञान बहुत इन्हें इकट्ठा किया पर गुरबाणी की कहती है। गुरबाणी के अनुसार जेड़े संत बाबा अमर सिंह जी किरती वर्गे महापुरुष ने ना वो बड़े थोड़े ने। कोई अमेरिका का सज्जन दर्शन करना आवे ते संत आप रंबा लैके काम करते हो एक वरी मुड़े दो वरी मुड़े तीन वरी भुलेखा खा जे। संत बाबा दर्शन सिंह जी बैठे ने श्रीमान ज्ञानी कौर सिंह जी बैठे ने अमेरिका तो विदेश तो कोई सज्जन आवे संत कित्थे ने। संत किस तरह का महाराज कहिंदे मन हाली किरसाणी करनी सरम पाणी तन खेत नाम बीज संतोख सुहागा रख गरीबी पछाण ची ना आवे। तीन वरी मुड़ जे वार के सेवादार कवे आवे आ सामने बैठे वो कहिंदा संत पलंगे ते बैठे देखे आ संत सोफे ते बैठे देखे आ संत गद्दी ते बैठे संत रंबा लैके काम करदा थोड़ी वेख्या मैं। तां गुरबाणी दे अनुसार बाहरों की देखदा वा महाराज नहीं इस गल ते प्रसन्न होंदे ये इत्थों दियां गल्लां ने ये तुसी जो मर्जी कहोना कहाई जाओ अपने आप नूं कोई औखी गल नहीं। पर ये तां अपने मन दा जां ते वाहिगुरु नूं पता ते जां फिर बंदे नूं पता उहदे मन च की है। कहिंदे कोई ना नवां नवां नौजवान सन्यासी बन गया जदों सन्यासी बनिया ते किसी बिरद जे महात्मा कोले गया लोकां तो बड़ी उपमा सुनी सी भी बड़ा संत कमाई वाला मुंडा नौजवान लहू गर्म रब नूं मिलदा जोश ते वो जिहड़ा बिरद महात्मा सी उन्हें ओहो ही गल्लां मुड़ मुड़ के करी जाणियां ओहो ही 30-35 साखियां सुनाई जाणियां जिहड़ियां चलदियां ही आउंदियां हर जुग जुग भगत पाया पैज रखदा आया। और वह मुंडा नौजवान सन्यासी नवा नवा साध होया जवानी की उम्र शरीर च बल उहनूं ते इदां दा संत चाहीदा सी जिहड़ा करंट अर्गा होवे इहो जिहियां गल्लां सुणावे दो दो घंटे जिहड़ियां सुणियां ही ना होण ते इह जिहड़ा बिरद महात्मा सी इहदे कोले उहो ही 30-35 बस काम जिहड़े उहदे वड्डे सुणाउंदे रहे उह सुणाई जांदा। उहनें सोच लिया भी इह बजुर्ग दे ना है नहीं पल्ले कुछ आपां कोई संत नवां लभीए जिहड़ा नवें जमाने दा होवे। जिहड़ा वधिया वधिया गल्लां सुणावे रौचक गल्लां करे कोई इहो जिहियां गल्लां करे नज़ारा आवे सुणदा ये की ओहो ही भगत ध्रुव ओहो ही भगत प्रहलाद ओहो ही राजा हरिचंद ओदी घरवाली राती जाए सुने गुरबाणी जिहड़ियां वड्डे सुणाउंदे ओ ये सुनाई जांदा कई वारी सुणियां असी तां अही तां सुन सुन के आफरे पए हां कोई नवीं गल सुना। ओ हुण सन्यासियां च किहड़ा कशहरा चुकणा हुंदा मैं गिठ दी लंगोटी हुंदी है ਉਹ ਲੈ ਕੇ ਤੁਰ ਪਿਆ। ਅਜੇ ਉਹ ਤੁਰਿਆ ਸੀ ਤੇ ਕੋਈ ਕਹਿੰਦੇ ਨੌਜਵਾਨ ਮਹਾਤਮਾ ਤੁਰਿਆ ਆਉਂਦਾ ਸੀ ਬੜੇ ਸੋਹਣੇ ਉਹਨੇ ਕੱਪੜੇ ਪਾਏ ਚੰਗੀ ਉਹਦੀ ਦਿੱਖ ਚੰਗਾ ਉਹਦਾ ਰੂਪ ਰੰਗ। ਉਹ ਜਿਹੜਾ ਨਵਾਂ ਮਹਾਤਮਾ ਆਇਆ ਨਾ ਉਹਨੇ ਫਿਰ 2 ਘੰਟੇ ਇਹੋ ਜਿਹੀ ਕਥਾ ਕੀਤੀ ਇਹੋ ਜਿਹੀਆਂ ਡੂੰਘੀਆਂ ਗੱਲਾਂ ਕੀਤੀਆਂ ਰਮਜਾਂ ਉਹਨੇ ਇਹੋ ਜਿਹੀਆਂ ਖੋਲੀਆਂ। वो जिहड़ा नौजवान सन्यासी सी
उन्हें आख्या भी स्वाद आ गया साध हो इदा। चलो उन्हें विचार छड़ता भी मैं नहीं जाना। वो जिहड़ा नवा महात्मा सी जिहड़ा कथा बड़ी सोहनी करता सी उन्हें बुढ़े महात्मा नूं पुछिया। जदों सारिया ने बड़ी वाह वाह की ते वो फिर मन दे विच एक लोभ जिहा बन जांदा ना भी ये बापू ने क्यों नहीं वाह वाह की। तो वह जाके जिहड़ा नवा महात्मा सी वह बिरध महात्मा नूं कहण लगा भी महापुरशो महानुभव की गल मेरी कथा तेनों चंगी नहीं लगी। बीबियां आशश करदियां ने पुरश आशश करदे ने तू कुछ कहिंदा ही नहीं। वो कहिंदा भरावा मैं तेरी 2 घंटे कथा ना बहुत एकाग्रता नाल सुनी भी किते तेरा एक शब्द भी निकल ना जावे। ते मैं उड़ीकदा रहा कि तू बोल तू बोल तू बोलिया ही कुछ नहीं। 2 घंटे मेरे कन्न तरस गए तू बोल। वो कहिंदा मैं तो सोचता सी भी तू बुढ़ा आया पर मैनू जापदा भी तू अगलों भी गया। ते 2 घंटे फिर मैं किहड़ा रौला पा के आया स्टेज ते। वो कहिंदा नहीं काका 2 घंटे तू नहीं बोलिया भुलेखे च 2 घंटे किताबां बोलियां ने तू तो नहीं बोलिया कुछ भी। मैं ते 2 घंटे बड़े ध्यान नाल सुनिया भी तू भी कुछ बोल। ते कहिंदा फिर मैं की बोलिया। कहिंदा फलानी किताब गीता उपनिषद शास्त्र ते प्रमाणियां मेहनत कीतियां याद हो जांदे पर तू तो नहीं कुछ बोलिया 2 घंटे। वो पैरी पै गया। गल तां सच्ची है ज्ञान कट्ठा कीता दिमाग च किताबां बोलदियां पईयां मेरी आपदी कमाई ते कोई नहीं भी आप भी मैं बोलां। आप बोलण वाला दुनिया च कोई होवे ते उहनूं महात्मा कहा जांदा। हुण जपजी साहब दा ते दुनिया दे सारे ग्रंथां दा फर्क की है। ये जपजी साहब च इहो जी कीड़ी नवीं गल आ जिहड़ी गीता च नहीं हैगी शास्त्रां च नहीं हैगी वेदां च नहीं हैगी पुराणां च नहीं हैगी कुरान च नहीं हैगी। जिहड़ा भी परमात्मा नाल एक होया वह इहो जी चीज़ बोलता है जिन्हों कहिंदे ने तुर की बाणी आई तिन सगली चिंत। ते जिहड़ी असीं बोलदे हां ये पहला ग्रंथां च आ चुकी आ किताबां च लिख चुके ने वो असीं बोलदे पए। कोई सानू सिद्धी नहीं आई जिहड़ी असीं बोलदे पए कि नहीं। हुण जपजी साहब का की फर्क है? चलो गुरु ग्रंथ साहब का की फर्क है? भगवत गीता वर्गा ज्ञान तुहानू किते नहीं मिलेगा पर दुनिया दे विच इको एक गुरु ग्रंथ साहब नू गुरु कहा गया। ते जिन्हां दी महानता बारे की कहा गया है परमेसर दिता बन्ना दुख रोह का डेरा पन्ना। ये तो वाहिगुरु ने सानू आसरा दिता। जेड़ा भी इस आसरे नू ग्रहण करेगा वो फिर तुर की बाणी आई तिन सगली चिंत मिटाए। दयाल पुरख मेहरबाना हर नानक साच बखाना। जपजी साहब दे विच एक शब्द आया जी बाकी जिन्ने धार्मिक ग्रंथ ने जिथे उन्हां दी बुद्धि खत्म हो जाती है वो एक गल कह के अपना खेड़ा छड़ाउंदे ने भी वाहिगुरु बेअंत
ਆਪਾਂ ਵੀ ਇਹੀ ਕਹਿੰਦੇ ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ। ਠੀਕ ਹੈ ਜੀ। ਪਰ ਜਪਜੀ ਸਾਹਿਬ ਇੱਕ ਨਵੀਂ ਗੱਲ ਕਹਿੰਦਾ। ਜਪਜੀ ਸਾਹਿਬ ਦੇ ਵਿੱਚ ਲਿਖਿਆ ਵੀ ਜਦੋਂ ਤੂੰ ਕਹਿੰਦਾ ਨਾ ਵੀ ਬੇਅੰਤਾ ਜਾਂ ਅਸੰਖ, ਤਾਂ ਇਹ ਵੀ ਤੂੰ ਦੁਨੀਆ ਦੇ ਹਿਸਾਬ ਨਾਲ ਕਹਿ ਰਿਹਾ, ਨਹੀਂ ਤਾਂ ਅਸੰਖ ਕਹਿ ਕੇ ਵੀ ਖਹਿੜਾ ਛੁੱਟਦਾ ਨਹੀਂ। ਹੋ ਸਕਦਾ ਅਸੰਖ ਕਹਿ ਕੇ ਵੀ ਤੂੰ ਉਹਦੀ ਪੂਰੀ ਵਡਿਆਈ ਨਹੀਂ ਕਰ ਰਿਹਾ, ਅਤੇ ਤੇਰੇ ਸਿਰ 'ਤੇ ਇਸ ਗੱਲ ਦਾ ਭਾਰ ਆਵੇਗਾ ਇੱਕ ਦਿਨ। ਅਸੰਖ ਕਹਿ ਹੈ ਸਿਰ ਭਾਰ ਹੋਏ। ਹੁਣ ਦੁਨੀਆ ਦਾ ਦਿਮਾਗ ਇੱਥੋਂ ਤੱਕ ਪਹੁੰਚਿਆ ਜੀ, ਅਸੰਖ ਬਸ, ਅੰਤ ਨਹੀਂ ਜੀ ਬੇਅੰਤ, ਇੱਥੋਂ ਤੱਕ। ਜਪਜੀ ਸਾਹਿਬ 'ਚ ਇੱਕ ਨਵੀਂ ਚੀਜ਼, ਜਿਵੇਂ ਤੁਸੀਂ ਵੈਸੇ ਤਾਂ ਬੜਾ ਕੁਝ ਨਵਾਂ, ਪਹਿਲਾਂ ਤਾਂ ਓਅੰਕਾਰ ਹੀ ਮੰਨਿਆ ਸੀ ਅਤੇ ਮਹਾਰਾਜ ਨੇ ਅੱਗੇ ਏਕਾ ਵੀ ਲਾਇਆ, ਇੱਕ ਓਅੰਕਾਰ। ਹੁਣ ਜਿਹੜਾ ਇੱਕ ਦਾ ਅਰਥ ਤਾਂ ਤੁਸੀਂ ਜਾਣਦੇ, ਓਅੰਕਾਰ ਦਾ ਅਰਥ ਇੱਕ ਦਾਸ ਨੇ ਨਵਾਂ ਪੜ੍ਹਿਆ ਹੈ। ਇੱਕ ਤਾਂ ਹੋਇਆ ਨਾ ਓਅੰਕਾਰ ਸਾਰੇ ਸੰਸਾਰ ਨੂੰ, ਓਅੰਕਾਰ ਬ੍ਰਹਮਾ ਉਤਪਤ, ਓਅੰਕਾਰ ਕੀ ਆ ਜਿਨ ਚਿੱਤ, ਦੁਨੀਆ ਨੂੰ ਪੈਦਾ ਕਰਨ ਵਾਲਾ। ਇੱਕ ਵੱਡੇ ਮਹਾਂਪੁਰਸ਼ ਕਰਦੇ ਹੁੰਦੇ ਸੀ ਵੀ ਵਿਆਕਰਨ ਦੇ ਅਨੁਸਾਰ ਓਅੰਕਾਰ ਮੈਨੇ ਜਿਹੜਾ ਇੱਕ ਵਾਰੀ ਤੇਰੀ ਜ਼ਬਾਨ ਤੋਂ ਨਿਕਲਿਆ ਅਤੇ ਤੇਰੀ ਰੱਖਿਆ ਵਾਹਿਗੁਰੂ ਕਰੇਗਾ, ਵਿਆਕਰਨ ਅਨੁਸਾਰ, ਪਾਣਨੀ ਵਿਆਕਰਨ ਅਨੁਸਾਰ। ਇੱਕ ਪੰਡਿਤ ਸ਼ੇਰ ਸਿੰਘ ਜੀ ਨੇ ਅਰਥ ਕੀਤਾ ਓਅੰਕਾਰ ਦਾ, ਉਹ ਕਹਿੰਦੇ ਪ੍ਰਮਯਤੀ ਸਰਵ ਕਾਮਾਨ ਇਤੀ ਪਰਣਵਾਹ, ਜਿਹੜਾ ਤੇਰੀਆਂ ਜਿੰਨੀਆਂ ਇਛਾਵਾਂ ਨੇ ਉਹਨਾਂ ਨੂੰ ਤੇਰੇ ਅੱਗੇ ਪ੍ਰਮਯਤੀ ਮੈਨੇ ਝੁਕਾ ਦੇਵੇਗਾ ਤੇਰੇ ਅੱਗੇ। ਤੇਰੀਆਂ ਇਛਾਵਾਂ, ਤੇਰੇ ਮਨ ਦੇ ਮਨੋਰਥ, ਜਿਹੜੀਆਂ ਤੂੰ ਰੋਜ਼ ਅਰਦਾਸਾਂ ਕਰਦਾ ਵੀ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ, ਇਹ ਸਾਰੀਆਂ ਹੀ ਤੇਰੇ ਅੱਗੇ ਨੀਵੀਆਂ ਪੈ ਜਾਣਗੀਆਂ। ਤੈਨੂੰ ਸਮਝ ਆ ਜਾਏਗੀ ਕਿ ਵਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ, ਦੇਹ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ। ਓਅੰਕਾਰ ਦਾ ਅਰਥ ਵੀ ਸਮਝ ਆ ਗਿਆ ਵੀ ਤੂੰ ਓਅੰਕਾਰ ਦਾ ਜਾਪ ਕਰੀ ਜਾ, ਤੇਰੀਆਂ ਸਾਰੀਆਂ ਕਾਮਨਾਵਾਂ ਤੇਰੇ ਅੱਗੇ ਹੱਥ ਜੋੜ ਕੇ ਖਲੋ ਜਾਣਗੀਆਂ। ਇਕੱਲਾ ਓਅੰਕਾਰ ਹੀ ਜਪੀ ਜਾ ਭਾਵੇਂ। ਅੱਛਾ, ਓਅੰਕਾਰ ਦੇ ਅੱਗੇ ਜਿਹੜੀ ਉਹ ਲੰਮੀ ਜੀ ਲੀਕ ਆਕਾਰ ਲੰਮੀ ਖਿੱਚਤੀ, ਪਿੱਛੇ ਜੇ ਰੌਲਾ ਵੀ ਪਿਆ ਸੀ ਉਹਨਾਂ ਨਿੱਕੀ ਕਰਤੀ, ਅਤੇ ਉਹਨੂੰ ਫਿਰ ਆਪਾਂ ਮੰਨਿਆ ਨਹੀਂ ਨਾ ਉਹਨਾਂ ਸਰੂਪਾਂ ਨੂੰ, ਉਹਦੇ ਪਿੱਛੇ ਕੋਈ ਗੱਲ ਆ। ਨਹੀਂ ਤਾਂ ਕੋਈ ਕਹਿ ਸਕਦਾ ਯਾਰ ਤੂੰ ਊੜੇ ਦਾ ਮੂੰਹ ਜ਼ਿਆਦਾ ਖੋਲਤਾ, ਇਹ 'ਚ ਕਿੱਡੀ ਕੁ ਗੱਲ ਆ ਕਿਤੇ। ਉਹ ਕਾਰ ਦਾ ਮਤਲਬ ਹੁੰਦਾ ਬੇਅੰਤ, ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਇਨਫਿਨਿਟੀ, ਬੇਅੰਤ। ਪਰ ਜਪਜੀ ਸਾਹਿਬ 'ਚ ਇੱਕ ਨਵੀਂ ਗੱਲ ਆਈ ਹੈ ਕਿ ਬੇਅੰਤ ਕਿਆਂ, ਅਸੰਖ ਕਿਆਂ, ਗਿਣਤੀ ਤੋਂ ਰਹਿਤ ਕਿਆਂ ਵੀ ਤੇਰੇ ਸਿਰ 'ਤੇ ਭਾਰ ਆ ਸਕਦਾ। ਸ਼ਾਇਦ ਜਿੱਡਾ ਵੱਡਾ ਪਰਮੇਸ਼ਰ ਆ ਤੂੰ ਉਹਨਾਂ ਉਹਨੂੰ ਮਾਣ ਸਤਿਕਾਰ ਦੇ ਨਹੀਂ ਰਿਹਾ, ਇਹ ਵੀ ਦੁਨੀਆ ਦੇ ਹਿਸਾਬ ਨਾਲ ਹੀ। ਤਾਂ ਗੁਰਬਾਣੀ ਕੀ ਹੈ? ਗੁਰਬਾਣੀ ਹੈ ਸਾਡੀ ਪਰਖ। ਜਿੰਨਾ ਚਿਰ ਅਸੀਂ ਆਪਣੇ ਮਨ ਨੂੰ ਗੁਰਬਾਣੀ ਦੇ ਮੁਤਾਬਕ ਨਹੀਂ ਪਰਖਦੇ ਤਾਂ ਕਹਿਣ ਕਹਾਉਣ ਨੂੰ ਜੋ ਮਰਜ਼ੀ ਕੋਈ ਕਹਾਈ ਜਾਵੇ, ਮਹਾਰਾਜ ਨਹੀਂ ਇਸ ਗੱਲ 'ਤੇ ਪ੍ਰਸੰਨ ਹੁੰਦੇ। ਹੁਣ ਗੁਰਬਾਣੀ ਦੇ ਮੁਤਾਬਕ ਪੂਰਨ ਸੰਤ ਕੌਣ ਹੈ? ਤਾਂ ਮਹਾਰਾਜ ਕਹਿੰਦੇ ਵੀ ਜਿਨ ਮਿਲ ਮਾਰੇ ਪੰਚ ਸੂਰ ਵੀਰ, ਐਸੋ ਕੌਣ ਬਲੀਰੇ। ਕੋਈ ਹੈ ਦੁਨੀਆ ਦੇ ਵਿੱਚ? ਜਾਂ ਫਿਰ ਮੂਲ ਮੰਤਰ ਪੜ੍ਹਦੇ ਨਾ ਆਪਾਂ, ਨਿਰਭਉ ਨਿਰਵੈਰ। ਜਿਹੜਾ ਨਿਰਭਉ ਹੋਵੇ, ਜਿਹੜਾ ਨਿਰਵੈਰ ਹੋਵੇ। ਪਰ ਇੱਥੇ ਇੱਕ ਸਵਾਲ ਖੜਾ ਹੋ ਜਾਂਦਾ ਵੀ ਮਹਾਰਾਜ ਤੇ ਕਹਿੰਦੇ ਪਰਮੇਸ਼ਰ ਨਿਰਭਉ ਹੈ, ਨਿਰਵੈਰ ਹੈ,
ਤੇ ਤੁਸੀਂ ਕਾਹਦੇ ਲਈ ਬੰਦੂਕਾਂ ਚੁੱਕੀ ਫਿਰਦੇ ਹੁੰਦੇ ਹੋ? ਹਥਿਆਰ ਜਿਹੜਾ ਹੈ, ਸ਼ਸਤਰ ਜਿਹੜਾ ਹੈ, ਇਹ ਪੁਰਾਣੇ ਵਿਚਾਰਾਂ ਮੁਤਾਬਕ, ਪੁਰਾਣੇ ਧਰਮ ਮੁਤਾਬਕ ਇਹ ਡਰ ਦੀ ਨਿਸ਼ਾਨੀ ਹੈ ਵੀ ਤੈਨੂੰ ਕਿਤੇ ਨਾ ਕਿਤੇ ਡਰ ਮਹਿਸੂਸ ਹੁੰਦਾ। ਨਹੀਂ ਤਾਂ ਜੇ ਤੂੰ ਮਾਨੀ ਜਿੱਤ ਲਿਆ ਤਾਂ ਤੈਨੂੰ ਸ਼ਸਤਰਾਂ ਦੀ ਕੀ ਲੋੜ ਪੈ ਗਈ? ਬਈ ਡਰਦਾ ਕਿਸੇ ਤੋਂ? ਕੋਈ ਸੁੱਤੇ ਪਏ ਦਾ ਕੰਡਾ ਨਾ ਕੱਢ ਜੇ। ਸੰਤ ਤਾਂ ਨਹੀਂ ਡਰਦੇ, ਸੰਤ ਦੀ ਗੱਲ ਛੱਡੋ। ਮਹਾਰਾਜ ਕਹਿੰਦੇ ਜਿਹੜਾ ਰੱਬ ਦਾ ਨਾਮ ਧਿਆਊਗਾ ਉਹਦੀ ਇੱਕ ਨਿਸ਼ਾਨੀ ਹੋਊਗੀ, ਜਿਨ ਨਿਰਭਉ, ਜਿਨ ਹਰ ਨਿਰਭਉ ਧਿਆਇਆ ਜੀ ਤਿਨਕਾ ਭਉ। ਤੇ ਫਿਰ ਤੂੰ ਕਿੱਥੋਂ ਡਰਦਾ? ਨਾਲੇ ਸੰਤ ਕਹਾਵੇਂ ਤੇ ਨਾਲੇ ਡਰੇ, ਕੰਮ ਚੱਲਣਾ ਨਹੀਂ। ਪਹਿਲਾਂ ਇਹ ਇਦਾਂ ਹੀ ਸੀ, ਪਹਿਲਾਂ ਇਹੀ ਨਿਸ਼ਾਨੀ ਮੰਨੀ ਜਾਂਦੀ ਸੀ ਬ੍ਰਹਮ ਗਿਆਨ ਦੀ। ਤੁਸੀਂ ਇੱਕ ਜੇ ਆਪਣੇ ਧਰਮ ਦੀ ਸਹੀ ਵਿਆਖਿਆ ਕਰਨੀ ਨਾ ਤਾਂ ਤੁਸੀਂ ਦੂਜੇ ਧਰਮਾਂ ਨੂੰ ਵੀ ਥੋੜ੍ਹਾ ਬਹੁਤਾ ਸੁਣਿਆ ਕਰੋ, ਪੜ੍ਹਿਆ ਕਰੋ, ਫਿਰ ਤੁਹਾਨੂੰ ਆਪਣੇ ਘਰ ਦਾ ਮੁੱਲ ਪਤਾ ਲੱਗੇਗਾ ਵੀ ਕਿੰਨਾ ਬੇਸ਼ਕੀਮਤੀ ਅਤੇ ਅਮੁਲਕ ਹੈ। ਜੈਨੀ ਧਰਮ ਹਿੰਦੁਸਤਾਨ 'ਚ ਪੈਦਾ ਹੋਇਆ, ਉਹਨਾਂ ਦੇ ਜਿਹੜੇ ਅਖੀਰਲੇ ਤੀਰਥੰਕਰ ਹੋਏ ਮਹਾਂਵੀਰ, ਜਿਨ੍ਹਾਂ ਨੂੰ ਕਹਿੰਦੇ ਭਗਵਾਨ ਮਹਾਂਵੀਰ, ਉਹਨਾਂ ਦੇ ਮੰਦਰ ਬਹੁਤ ਘੱਟ ਦਿਖਣਗੇ ਪਰ ਜਿੱਥੇ ਬਣੇਗਾ ਹਿੰਦੁਸਤਾਨ ਦੀ ਸਭ ਤੋਂ ਅਮੀਰ ਕੌਮ ਕੌਣ ਆ? ਪਾਰਸੀ, ਅਤੇ ਦੂਜੇ ਨੰਬਰ 'ਤੇ ਜੈਨੀ। ਜਿੱਥੇ ਬਣੇਗਾ ਕਰੋੜਾਂ ਰੁਪਈਆ ਲਾਉਂਦੇ, ਫਿਰ ਬਣਾਉਂਦੇ ਵੀ ਸੜਕ ਦੇ ਉੱਤੇ, ਸਾਰੀ ਦੁਨੀਆ ਨੂੰ ਦਿਖਣਾ ਚਾਹੀਦਾ। ਕੁਛ ਨਹੀਂ ਕਰਨਾ, ਅੰਦਰ ਜਾ ਕੇ ਮੰਦਰ ਦੇ ਬਾਅਦ ਚੁੱਪ ਕਰਕੇ ਬਹਿਣਾ, ਆਪਣੇ ਮਨ ਨੂੰ ਵੇਖ, ਸਾਕਸ਼ੀ ਭਾਵ 'ਚ ਜਾ, ਆਪਦੇ ਮਨ ਨੂੰ ਪੜ, ਬਸ ਕੁਝ ਬੋਲਣਾ ਨਹੀਂ ਹੈ, ਸ਼ਾਂਤ ਹੋ। ਇਹ ਉਹਨਾਂ ਦੇ ਸਿਸਟਮ ਆ। ਉਹਨਾਂ ਦੇ ਜਿਹੜੇ ਭਗਵਾਨ ਹੋਏ ਨਾ ਅਖੀਰਲੇ, ਨਾਮ ਤਾਂ ਉਹਨਾਂ ਦਾ ਹੋਰ ਸੀ ਪਰ ਉਹਨਾਂ ਨੂੰ ਸਤਿਕਾਰ ਦਿੰਦੇ ਵੀ ਇਹ ਵੀਰ ਨਹੀਂ ਆ, ਇਹ ਮਹਾਂਵੀਰ ਆ, ਇਹ ਸੂਰਮਾ ਨਹੀਂ ਆ, ਇਹ ਮਹਾਂਸੂਰਮਾ ਵਾ, ਅਤਰਥੀ ਸੂਰਮਾ, ਮਹਾਰਥੀ ਸੂਰਮਾ। ਜਾ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ, ਸੋ ਕਹੀਅਤ ਹੈ ਸੂਰਾ। ਆਤਮ ਜਿਣੈ ਸਗਲ ਵਸ ਤਾਕੈ ਜਾ ਕਾ ਸਤਿਗੁਰ ਪੂਰਾ। ਇਹਨੇ ਉਹ ਕੰਮ ਕੀਤਾ ਵਾ ਜਿਹੜਾ ਦੇਵਤਿਆਂ ਤੋਂ ਵੀ ਨਹੀਂ ਹੁੰਦਾ। ਹੁਣ ਤੁਹਾਡੇ ਮਨ ਦੇ ਵਿੱਚ ਕਦੀ ਸਵਾਲ ਨਹੀਂ ਆਉਂਦਾ ਵੀ ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਵਰ, ਬ੍ਰਹਮ ਗਿਆਨੀ ਆਪ ਪਰਮੇਸ਼ਵਰ? ਇਹ ਬ੍ਰਹਮ ਗਿਆਨੀ ਦੇ ਦਰਸ਼ਨ ਕਰਨ ਵਾਸਤੇ ਭਗਵਾਨ ਸ਼ਿਵ ਵੀ ਹੱਥ ਜੋੜ ਕੇ ਖਲੋਤਾ, ਲੱਭਦਾ ਫਿਰਦਾ ਵੀ 700 ਕਰੋੜ ਦੁਨੀਆ ਦੀ ਗਿਣਤੀ ਕੋਈ ਇੱਕ ਬ੍ਰਹਮ ਗਿਆਨੀ 'ਤੇ ਵਿਖੇ? ਬ੍ਰਹਮ ਗਿਆਨੀ ਦੇ ਦਰਸ਼ਨ ਕਰਨ ਵਾਸਤੇ ਦੇਵੀ ਦੇਵਤੇ ਵੀ ਤੁਰੇ ਫਿਰਦੇ। ਇਹਦਾ ਕਾਰਨ ਕੀ ਆ? ਇਹ ਤੁਕ ਪੰਜਵੇਂ ਪਾਤਸ਼ਾਹ ਨੇ ਕਿਉਂ ਲਿਖੀ? ਕਿਉਂ ਬਹੁਤੇ ਸਿੱਖ ਤੇ ਆਪਣੇ ਆਪ ਨੂੰ ਜਿਹੜੇ ਆਧੁਨਿਕ ਮੰਨਦੇ ਨੇ ਉਹ ਸਮਝਦੇ ਵੀ ਇਹ ਹੁੰਦੇ ਹੀ ਨਹੀਂ ਆ, ਇਹ ਕਾਲਪਨਿਕ ਨੇ ਸਾਰੇ ਪਾਤਰ। ਅਸਲ ਗੱਲ ਇਹ ਹੈ, ਬ੍ਰਹਮ ਗਿਆਨੀ ਨੂੰ ਭਗਵਾਨ ਸ਼ਿਵ, ਭਗਵਾਨ ਵਿਸ਼ਨੂੰ, ਬ੍ਰਹਮਾ ਕਿਉਂ ਲੱਭਦੇ ਆ? ਕਿਉਂਕਿ ਇਹਨਾਂ ਤੋਂ ਵੀ ਆਪਣਾ ਮਨ ਨਹੀਂ ਜਿੱਤਿਆ ਗਿਆ। ਦੇਵੀ ਦੇਵਤਿਆਂ ਤੋਂ ਵੀ ਆਪਣਾ ਮਨ ਨਹੀਂ ਜਿੱਤਿਆ ਜਾਂਦਾ, ਉਹ ਫਿਰ ਦੁਨੀਆਂ 'ਚ ਆਉਂਦੇ। ਦੁਨੀਆਂ 'ਚ ਕਮਾਲ ਹੋ ਗਈ,
बंदे दे शरीर च इहो जिहा कोई बंदा जम्मिया जिन्हें काम क्रोध नूं जित लिया, हो ही नहीं सकता। उहदे फिर उह दर्शन करन वास्ते संसार ते आउंदे, क्यों गुरबाणी कहिंदी है सरपनी ते ऊपर नहीं बलिया जिन ब्रह्मा बिसन महादेव छलिया। ते दूसरे बन्ने गुरबाणी की कहिंदी है, एक संत उहदी अवस्था महाराज दसदे, नाकों काटी कानों काटी काट कूट के डारी, कहो कबीर संतन की बैरन तीन लोक की प्यारी। दूसरे बन्ने गुरबाणी की कहिंदी है, सूर बीर बचन के बली कौला बपरी संती छली। ता देवते हैरान होंदे वे इदां दा संसार च किहड़ा बंदा वा जिन्हें काम क्रोध नूं भी जित लिया। ता महाराज कहिंदे फिर उहदे दर्शन करन वास्ते फिर सुखमनी साहब च स्पैशल लाइना लिखियां गईयां वी, ब्रह्म ज्ञानी को खोजै महेश्वर ब्रह्म ज्ञानी। कहिंदे जिहड़े महावीर सन ना, ये वीर नहीं ये महावीर, क्यों कहिंदे अपनी मौज दे विच इक दिन खलोता सी, किसे जिमीदार ने वेख्या भी कोई साध खलोता है, उन्हें आख्या भी मेरियां गावां मझां दा ख्याल रखी मैं पिंड नूं गेड़ा मारा वा। ये अपनी मौज च खलोता रंग सह रंग रूप है चुप पी कर जाहे, इन्हें ने ना ना कीती ते ना हां कीती अपनी मौज खलोता रहे। हुण इहदी समाधि लगी अपने रस च खलोता गावां दा पता ही नहीं किधर चले गईआं, मझां दा पता ही नहीं किधर चले गईआं। ਤਾਂ ਜਿਮੀਦਾਰ ਜਦੋਂ ਵਾਪਸ ਆਇਆ ਉਹਨੂੰ ਗੁੱਸਾ ਚੜ ਗਿਆ। ਉਹ ਕਹਿੰਦਾ ਜਾਂ ਤੇ ਇਹ ਬੰਦਾ ਵਾ ਪਾਗਲ, ਸਿੱਧੀ ਜੀ ਗੱਲ, ਤੇ ਜਾਂ ਫਿਰ ਇਹ ਬਹੁਤ ਵੱਡਾ ਬੇਈਮਾਨ ਸ਼ੈਤਾਨ ਬੰਦਾ। ਜੇ ਤਾਂ ਹੋਵੇ ਪਾਗਲ ਫਿਰ ਗਾਵਾਂ ਮੱਝਾਂ ਨਾਲ ਇਹ ਵੀ ਤੁਰਦਾ ਫਿਰਦਾ ਕਿਤੇ ਪਹੁੰਚ ਜਾਂਦਾ। ਇਹ ਮੇਰੀਆਂ ਗਾਵਾਂ ਮੱਝਾਂ ਲੁਕੋ ਕੇ ਚੋਰੀ ਕਰਕੇ ਫੇਰ ਆਣ ਕੇ ਉੱਥੇ ਖਲੋ ਗਿਆ, ਇਹ ਤਾਂ ਬਹੁਤ ਤਿੱਖਾ ਬੰਦਾ ਹੈ, ਚੋਰ ਆ ਤਗੜਾ। ਉਹਨੇ ਜ਼ਿਮੀਂਦਾਰ ਨੇ ਇਹ ਨਹੀਂ ਵੇਖਿਆ ਵੀ ਇਹ ਕੋਈ ਸੰਤ ਆ, ਇਹਨੂੰ ਤੇਰੀਆਂ ਗਾਵਾਂ ਦਾ ਪਤਾ ਵੀ ਨਹੀਂ ਆ, ਇਹਦੀ ਸੁਰਤੀ ਕਿਤੇ ਹੋਰ। ਉਹਨੇ ਕੀ ਕੀਤਾ, ਕਿੱਲੇ ਲਏ ਅਤੇ ਗੁੱਸੇ 'ਚ ਆਣ ਕੇ ਉਹਦੇ ਕੰਨਾਂ 'ਚ ਠੋਕ ਦਿੱਤੇ। ਉਹ ਤੁਸੀਂ ਉਹਦੀ ਫੋਟੋ ਦੇਖੀ ਹੋਣੀ ਨਾ, ਕੰਨ ਪਾਟੇ ਬੜੇ ਲੰਮੇ, ਉਹ ਕਿੱਲੇ ਉਹਦੇ ਕੰਨਾਂ 'ਚ ਠੋਕੇ। ਉਸ ਮਹਾਂਵੀਰ ਦੀ ਐਸੀ ਅਵਸਥਾ, ਕਹਿੰਦੇ ਉਹਨੂੰ ਕਿੱਲਿਆਂ ਦਾ ਵੀ ਗਿਆਨ ਨਹੀਂ ਹੋਇਆ ਵੀ ਕੌਣ ਠੋਕਦਾ ਪਿਆ। ਇਸ ਕਰਕੇ ਉਹਨੂੰ ਕਹਿੰਦੇ ਵੀਰ ਨਹੀਂ ਇਹ ਮਹਾਂਵੀਰ ਆਇਆ। ਉੱਥੇ ਹੁਣ ਜਿਹੜੇ ਸਾਖੀ ਲਿਖਦੇ ਨਾ, ਉਹ ਕਹਿੰਦੇ ਵੀ ਉੱਥੇ ਦੇਵਤੇ ਪ੍ਰਗਟ ਹੋ ਗਏ, ਫਿਰ ਰਾਜਾ ਇੰਦਰ ਆ ਗਿਆ ਵੀ ਮਹਾਰਾਜ ਇਹਨੇ ਬੜੀ ਵੱਡੀ ਅਵੱਗਿਆ ਕੀਤੀ ਹੈ, ਹੁਕਮ ਕਰੋ ਮਾਰ ਦਈਏ। ਉਹਨੂੰ ਮਹਾਂਵੀਰ ਤਾਂ ਕਿਹਾ ਜਾਂਦਾ, ਉਹ ਕਹਿੰਦਾ ਫਿਰ ਤੁਹਾਡੇ 'ਚ ਅਤੇ ਇਹਦੇ 'ਚ ਕੀ ਫਰਕ ਆ, ਕੰਮ ਤਾਂ ਫਿਰ ਤੁਹਾਡਾ ਵੀ ਇੱਦਾਂ ਦਾ ਹੀ ਹੈ, ਉਹ ਵੀ ਮਾਰਦਾ ਤੁਸੀਂ ਵੀ ਮਾਰਦੇ। ਤਾਂ ਉਹ ਜਿਹੜੇ ਦੇਵਤੇ ਉਹਦੇ ਪੈਰੀ ਪੈ ਗਏ, ਇਹ ਕਿੱਦਾਂ ਦਾ ਬੰਦਾ ਦੁਨੀਆਂ 'ਚ ਆਇਆ, ਜਿਹੜਾ ਕੰਮ ਅਸੀਂ ਨਹੀਂ ਕਰ ਸਕੇ ਇਹਨੇ ਕਰਕੇ ਵਿਖਾ ਤਾ। ਤਾਂ ਮਹਾਰਾਜ ਕਹਿੰਦੇ ਵੀ ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਵਰ, ਬ੍ਰਹਮ ਗਿਆਨੀ ਆਪ ਪਰਮੇਸ਼ਵਰ। ਤਾਂ ਪਹਿਲਾਂ ਸ਼ਸਤਰ ਜਿਹੜਾ ਸੀ ਨਾ ਸ਼ਸਤਰ, ਇਸੇ ਤਰ੍ਹਾਂ ਮੰਨਿਆ ਜਾਂਦਾ ਸੀ ਵੀ ਤੇਰੇ ਮਨ 'ਚ ਕੋਈ ਭੈ। ਫਿਰ ਜਦੋਂ ਪੰਜਵੇਂ ਪਾਤਸ਼ਾਹ ਨੂੰ ਤੱਤੀ ਲੋਹ 'ਤੇ ਬਿਠਾਇਆ ਤਾਂ ਮਹਾਰਾਜ ਨੇ ਉੱਥੇ ਵਿਖਾਇਆ ਫਿਰ
केड़ी अवस्था महाराज ने दिखाई भी तेरा किया मीठा लग गया भी भय कोई नहीं, डर कोई नहीं, गुस्सा कोई नहीं, क्रोध कोई नहीं, पर किसे संत दे नाल बिना मतलब तो इन्ना धक्का करना ये तो गलत गल है। तां फिर महाराज ने शहीद होने तो पहला की सुना दिता सी पंजां सिखां नूं के गद्दी ते नहीं बहना हुण तख्त ते बहना। हुण श्री साहब गात्रे पाउणी है, ये विशेष हुक्म गुरु हरगोबिंद साहब नूं पंजां सिखां ने जाके दिता। ते फिर महाराज ने की कीता, फिर एहो जिहा करतब कीता भी भगती नाल शक्ति जुड़ी, संत दे नाल सिपाही बना। ते इतिहास दे विच फिर लिखिया कई गल्लां नाल हो के, ते गुरबाणी ने भी लिखिया भी तू ऐसे गुरु नूं आसरा बना जिहड़ा तेरा मेर पर्वत वर्गा आसरा हो। ते फिर महाराज ने शुभ सिख्या दित्ती भी पिछले चंगे कर्म सोहणे रूप मिले, पिछले चंगे कर्म राजे नाल व्याहियां गईयां, पिछले तुहाडे चंगे कर्म जो तुसीं मंगदियां मिलदा, पर अगे ते कुछ नहीं ना, जो पिछला सी उह खा लिया, अगे हुण बीजिया नहीं, अगे ते फिर इस तरह ही आं भी तपो राज ते राजों यही हाल हुंदा है। तां फिर गुरबाणी की होई साडी परख, ते महाराज की कहिंदे ने, जे तू मौत दे भय तो रहत होना चाहुंदा है तां फिर एक ही चीज है, वह कि हर अमृत बूंद सुहावणी मिल साधु पीवण हार। सावण सरसी कामणी चरण कमल स्यों, मन तन रत्ता सच रंग इको नाम आधार। बिखिया रंग कूड़ावया उहदे वास्ते विशे कितां दे ने, तां महाराज कहिंदे कौड़े, बिखे बन फीका त्याग री सखिए नाम महारस पीए। मस्कीन जी एक बड़ी सोहणी गल कहिंदे सी, जिहड़ी चीज़ फिक्की पैण लग पे समझो संसार दा रस है। एक दिन साइकोलॉजी कहिंदी सब कुछ फिक्का पैंदा, सब कुछ ही साइकोलॉजी दे मुताबिक जिहड़ी दिमागी पढ़ाई ना अपनी मानसिक, उहदे मुताबिक एक हफ्ता घट्टो घट्ट जिड्डी मर्जी महंगी ते सोहणी चीज़ तू लै हद एक हफ्ता, उहदे बाद उही सोहणे कपड़े फिक्के लगन लग पैंदे। हुण एक चीज़ रोज़ खाई जाओगे किन्ना क चिर खा लोगे, एक चीज़ किन्ना क चिर पा लोगे, एक चीज़ किन्ना क चिर हंडा लोगे। तां इक्को एक दुनिया दा ऐसा रस जिहड़ा कदी फिक्का नहीं पैंदा। महाराज कहिंदे राम रस पिया रे जे रस बिसर गए रस और, यही बस इहदी निशानी, वह फिक्का नहीं पैंदा। तो इधर सब कुछ ही एक दिन फिक्का पैंदा, सब कुछ क्यों वाशना दा सुभाव आतृप्ति, इहदा सरूप आतृप्ति। ताइयों ते वड्डे वड्डे जिवें किसे सज्जन ने आख्या सी ना भी एका नारी जती होए पर नारी धी भैण वखाण, इहदा की मतलब? तो कहिंदे भी इहदा मतलब बड़ा सौखा जिहा, एक औरत नूं जाण लिया सारियां नूं जाण लिया, औरत ने एक मर्द नूं जाण लिया सारियां नूं जाण लिया। हुण एक नाल विआह हो गया, एक औरत नूं जाण लिया सारियां नूं जाण लिया, इह मतलब हुंदा। ते जे तैनूं फिर भी होर किसे दी खिच पैंदी आ
ਤੇ ਫਿਰ ਤੂੰ ਸੱਜਣਾ ਬੇਹੋਸ਼ ਆ, ਤੂੰ ਹੋਸ਼ ਦੇ ਵਿੱਚ ਨਹੀਂ। ਕਿਉਂ? ਇੱਕ ਨੂੰ ਜਾਣ ਲਿਆ, ਸਭਨਾਂ ਨੂੰ ਜਾਣ ਲਿਆ, ਬਾਕੀ ਤੇਰਾ ਕੀ ਹੈ? ਸਿਰਫ ਇੱਕ ਭਰਮ, ਉਹ ਫਿਰ ਕਿਸੇ ਦਾ ਵੀ ਨਹੀਂ ਨਿਕਲਦਾ। ਮਹਾਰਾਜ ਕਹਿੰਦੇ ਉਹ ਇੱਕ ਦੀ ਗੱਲ ਛੱਡੋ, ਭਾਵੇਂ ਇੱਕ ਲੱਖ ਤੱਕ ਹੋ ਜਾਵੇ ਤਾਂ ਵੀ ਨਹੀਂ ਨਿਕਲਦਾ। ਦੋ ਤਿੰਨ ਦੀ ਗੱਲ ਛੱਡੋ ਤਾਂ ਕਹਿੰਦੇ ਲੱਖ ਤੱਕ ਵੀ ਨਹੀਂ ਨਿਕਲਦਾ। ਜੇ ਲੱਖ ਇਸਤਰੀਆਂ ਭੋਗ ਕਰੇ ਨਵਖੰਡ ਰਾਜ ਕਮਾ। ਤਾਂ ਮਹਾਰਾਜ ਕਹਿੰਦੇ ਅੰਮ੍ਰਿਤ ਰੂਪੀ ਬੂੰਦ ਪੀ, ਵਾਹਿਗੁਰੂ ਦਾ ਨਾਮ ਜਪ, ਤੇਰੀ ਇਹੋ ਜਿਹੀ ਅਵਸਥਾ ਬਣੇ ਕਿ ਤੂੰ ਸਰੀਰ ਤੋਂ ਪਰੇ ਹੋਵੇਂ, ਤੇਰੀ ਇਹੋ ਜਿਹੀ ਅਵਸਥਾ ਬਣੇ ਕਿ ਤੇਰਾ ਮਨ ਤਨ ਰੱਤਾ ਸੱਚ ਰੰਗ ਇੱਕੋ ਨਾਮ ਆਦਾ। ਆਓ ਫਿਰ ਪੜ੍ਹੀਏ ਸਾਰੇ, ਨਾਲੇ ਸਾਰਿਆਂ ਦੀ ਹਾਜ਼ਰੀ ਲੱਗ ਜੂਗੀ। ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ, ਅੰਮ੍ਰਿਤ ਰਸਨਾ ਪੀਵੋ ਪਿਆਰੀ, ਅੰਮ੍ਰਿਤ ਰਸਨਾ ਪੀਵੋ ਪਿਆਰੀ, ਅੰਮ੍ਰਿਤ ਰਸਨਾ ਪੀਵੋ ਪਿਆਰੀ, ਅੰਮ੍ਰਿਤ ਰਸਨਾ ਪੀਵੋ ਪਿਆਰੀ, ਅੰਮ੍ਰਸਨਾ ਪਿਆਰੀ, ਅੰਮ੍ਰਿਤ ਰਸ। ਇਹਦੇ ਤੋਂ ਬਿਨਾਂ ਮਹਾਰਾਜ ਕਹਿੰਦੇ ਕੋਈ ਹੱਲ ਹੈ ਹੀ ਨਹੀਂ। ਉਹ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ, ਇਹਦੇ ਤੋਂ ਬਿਨਾਂ ਗੱਲ ਬਣਦੀ ਨਹੀਂ। ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ ਕਿਸੇ ਤਰ੍ਹਾਂ ਵੀ। ਸੋ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਵਿਸ਼ੇਸ਼ ਕਰਕੇ ਸ਼੍ਰੀਮਾਨ ਸੰਤ ਬਾਬਾ ਦਰਸ਼ਨ ਸਿੰਘ ਜੀ, ਤਿਨ੍ਹਾਂ ਦੇ ਨਾਲ ਜਿੰਨੇ ਵੀ ਸੇਵਾਦਾਰ ਨੇ, ਗੁਰਮੁਖ ਪਿਆਰੇ ਸਾਡੇ ਬਜ਼ੁਰਗ ਮਹਾਂਪੁਰਸ਼ਾਂ ਦੇ ਵਿਦਿਆਰਥੀ, ਸ਼੍ਰੀਮਾਨ ਗਿਆਨੀ ਕੌਰ ਸਿੰਘ ਜੀ, ਗਿਆਨੀ ਬਲਜੀਤ ਸਿੰਘ ਜੀ, ਗਿਆਨੀ ਮਾਘ ਸਿੰਘ ਜੀ, ਗਿਆਨੀ ਕੁਲਵੰਤ ਸਿੰਘ ਜੀ, ਜਥੇਦਾਰ ਭਾਈ ਬੂਟਾ ਸਿੰਘ ਜੀ ਸਰਦੂਲਗੜ੍ਹ ਵਾਲੇ, ਇਸੇ ਤਰ੍ਹਾਂ ਮੇਰੇ ਨਾਲ ਅਤਿ ਸਤਿਕਾਰਯੋਗ ਬਾਘਾ ਪੁਰਾਣਾ ਤੋਂ ਸੰਤ ਬਾਬਾ ਹਰਜਿੰਦਰ ਸਿੰਘ ਜੀ, ਗੁਰੂ ਕੀ ਮਟੀਲੀ ਵਾਲੇ ਵਿਸ਼ੇਸ਼ ਕਰਕੇ ਪਹੁੰਚੇ ਨੇ। ਜਦੋਂ ਉਹਨਾਂ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਇਹ ਹੁਕਮ ਲਾਇਆ ਵੀ ਆਪਾਂ ਇੱਧਰ ਦੀ ਜਾਣਾ ਹੈ, ਮੈਨੂੰ ਵੀ ਦਰਸ਼ਨ ਕਰਾਓ ਇਹੋ ਜਿਹੇ ਮਹਾਂਪੁਰਸ਼ਾਂ ਦੇ ਸਥਾਨ 'ਤੇ। ਔਰ ਸਾਡੇ ਬਜ਼ੁਰਗ ਮਹਾਂਪੁਰਸ਼ ਪੁਰਾਤਨ ਮਹਾਂਪੁਰਸ਼ਾਂ ਵਿੱਚੋਂ ਇਹੋ ਜਿਹੇ ਮਹਾਂਪੁਰਸ਼ ਜਿਨ੍ਹਾਂ ਦੇ ਬਚਨ ਜੇ ਉਹ ਇੱਕ ਵਾਰੀ ਸੁਣਾਉਣ ਲੱਗ ਪੈਣ ਜੀ ਕਰਦਾ ਸੁਣਦੇ ਰਹੀਏ। ਸ਼੍ਰੀਮਾਨ ਸੰਤ ਬਾਬਾ ਅਵਤਾਰ ਸਿੰਘ ਜੀ ਧੂਲਕੋਟ ਵਾਲੇ, ਉਹ ਵੀ ਵਿਸ਼ੇਸ਼ ਕਰਕੇ ਪਹੁੰਚੇ ਨੇ। ਹੋਰ ਵੀ ਸਾਡੇ ਸਤਿਕਾਰਯੋਗ ਪੰਜਾਂ ਪਿਆਰਿਆਂ ਦੇ ਜਥੇਦਾਰ ਸਾਹਿਬ, ਮਹਾਂਪੁਰਸ਼ ਸੇਵਾ ਸਿਮਰਨ ਦੇ ਰਸੀਏ, ਸੱਚਖੰਡ ਵਾਸੀ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ ਭੂਆ ਦੇ ਪੁੱਤ ਭਗਤ ਉਜਾਗਰ ਸਿੰਘ ਜੀ, ਇਹਨਾਂ ਦੇ ਨਗਰ ਤੋਂ ਜਿੰਨੇ ਵੀ ਗੁਰਮੁਖ ਪਿਆਰੇ ਪਹੁੰਚੇ ਨੇ ਸੇਵਾ ਸਿਮਰਨ ਵਾਲੇ, ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ। ਫੁੱਲ ਚੁੱਕ ਦੀ ਖਿਮਾ ਜੀ, ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਿਰ ਗਿਰ ਮੈਂ ਮਾਣਕ ਨਹੀਂ, ਗਜ ਗਜ ਮੋਤੀ ਨਾਹੇ, ਚੰਦਨ ਤਰ ਬਣ ਬਣ ਨਹੀਂ ਸੰਤ ਨਾ ਪੁਰ ਪੁਰ ਮਾਹੇ। ਮਹਾਂਪੁਰਸ਼ ਆਏ ਨੇ ਗਿਆਨੀ ਜੀਵਾ ਸਿੰਘ ਦਾ ਬਹੁਤ ਬਹੁਤ ਧੰਨਵਾਦ। ਔਰ ਹੁਣ ਸੰਤ ਬਾਬਾ ਦਰਸ਼ਨ ਸਿੰਘ ਜੀ, ਗੁਰਪਾਲ ਸਿੰਘ ਜੀ ਜੋ ਚੋਰਮਾਰ ਵਾਲੇ, ਉਹਨੇ ਸਿਰਫ ਉਹਦੇ ਨੂੰ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਸੋ ਗੁਰੂ ਮਹਾਰਾਜ ਕਿਰਪਾ ਕਰੇ, ਚੜ੍ਹਦੀਆਂ ਕਲਾ ਵਿੱਚ ਰੱਖੇ।